प्यार एक मैं बंदे की गल सुनी सी, वो कहिंदा जां तां मां प्यो नाल रब्बा इन्ना उहदा प्यार ना बणाउंदा, जे प्यार इन्ना बणाया सी तां इन्नी छेती उहनूं लै के ना जांदा। बाकी दिल नहीं भाई जुड़िया सी, हजे तक दिल नहीं साडा सैट होया, जां कुछ कुछ कही जाइए, जिन्ने मर्जी स्ट्रोंग बन के कैमरे मूहरे आउण दी कोशिश करिए कि ਤੁਸੀਂ ਨਾ ਦਾਸ ਹੋਵੋ ਫੇਕ ਤੇ ਟਵਿੱਟਰ ਦੇ ਉੱਤੇ ਹੈਸ਼ਟੈਗ ਯੂਜ਼ ਕਰੋ। ਟਵਿੱਟਰ ਦੇ ਵਿੱਚ ਟ੍ਰੈਂਡਿੰਗ ਚੱਲਦਾ ਪਿਆ ਵਾ ਜਸਟਿਸ ਫੋਰ ਸਿੱਧੂ ਮੂਸੇਵਾਲਾ, ਅਤੇ ਅਸੀਂ ਆਪਦਾ ਕੋਈ ਅਕਾਊਂਟ ਨਹੀਂ ਦੱਸਦੇ ਪਏ, ਜਾਂ ਜੇ ਕਿਸੇ ਨੂੰ ਲੱਗਦਾ ਵਾ ਕਿ ਆਪਦੇ ਬਣਾਉਣ ਨੂੰ ਫਿਰਦੇ ਆ ਇਹ ਫੋਲੋਅਰ, ਉੱਤੇ ਕੁਛ ਨਹੀਂ, ਕੁਛ ਨਹੀਂ ਦੱਸਣਾ, ਤੁਸੀਂ ਆਪੋ ਠੀਕ ਆ, ਤੁਸੀਂ ਆਪਣੇ ਆਪਣੇ ਅਕਾਊਂਟ ਬਣਾਓ ਉੱਤੇ ਜਾ ਕੇ। ਪੰਜਾਬੀ ਸੀ ਤੇ ਉਹ ਪੰਜਾਬੀ ਤੁਹਾਡਾ ਭਰਾ ਸੀ, ਇਹ ਪ੍ਰਾਊਡ ਵਾਲੀਆਂ ਗੱਲਾਂ ਨੇ ਯਾਰ ਇਹ। ਜੱਟ ਲੈਜੈਂਡ माहौल बन जांदा इस चीज नाल ना, मतलब बंदे दी वोकल जिवें सीगा पहलां क्या सीडियां ला के गाउंदा जी वो, फिर जदों तों सीडियां बंद करतीआं मैं गर्दी ठाती सी यार उस्ताद। ਧੱਕਾ ਲਾਈ ਜਾਂਦੇ ਆ ਲਾਈ ਜਾਂਦੇ ਆ ਲਾਈ ਚੱਲੋ ਲਾਈ ਚੱਲੋ, ਇਹਦਾ ਜਿੱਥੇ ਪੈਰ ਗੜੋਲੇ ਉੱਥੇ ਖੜੇ ਆ, ਆਪਦੀ ਮਰਜ਼ੀ ਹੋਊ ਤਾਂ ਪਿੱਛੇ ਹਟ ਜਾਵਾਂਗੇ, ਨਹੀਂ ਨਹੀਂ ਕਿਸੇ ਦੇ ਧੱਕਿਆਂ ਨਹੀਂ ਹਟਦੇ ਨਾ ਹਟਿਆ। ਮਗਰੋਂ ਬਹੁ ਬਹੁ ਜਿੰਨੀ ਮਰਜ਼ੀ ਕਰੀ ਚੱਲੋ, ਜਿਹਨੇ ਜੋ ਕਰਨਾ ਸੀ ਉਹ ਤਾਂ ਕਰ ਹੀ ਦਿੱਤਾ। ਹੁਣ ਅੱਗੇ ਪਿੱਛੇ ਜਾ ਜਾ ਕਹੀ ਜਾਣਾ ਵੀ ਅਸੀਂ ਚੱਕ ਲੈਂਗੇ, ਅਸੀਂ ਇਹ ਕਰਦੇ ਕੱਖ ਨਹੀਂ ਆਉਣਾ। ਅਣਖ ਜ਼ਮੀਰ ਜਾਗਦੇ ਵਾਲੇ ਬੰਦੇ ਦੀ ਇਹ ਹੁੰਦੀ ਨਿਸ਼ਾਨੀ ਉਸਤਾਦ, ਬੜਕ ਨਾ ਬੋਲਦਾ, ਬੜਕ ਨਾਲ ਆਪਣਾ ਮਿਹਨਤ ਜੋ ਬੰਦੇ ਦੀ ਜੋ ਕਮਾਇਆ ਰੁਤਬਾ ਉਹਦੇ ਤੇ ਬੋਲਦਾ। ਇਹਨੂੰ ਕਹਿੰਦੇ ਸੈਲਫ ਮੇਡ, ਐਂ ਗਰਦਨ ਪੂਰੀ ਤਾਂ ਚੱਕ ਕੇ। ਸੀਰੀਅਸਲੀ ਮੈਨ ਬੜੇ ਲੋਕਾਂ ਨੂੰ ਸਿਖਾਤਾ ਵੀ ਗਰਦਨ ਥੱਲੇ ਰੱਖ ਕੇ, ਜਿਹੜੇ ਚੱਲਦੇ ਇੰਡਸਟਰੀ ਦੇ ਵਿੱਚ ਵੀ ਕਿਵੇਂ ਗਰਦਨ ਉੱਤੇ ਰੱਖ ਕੇ ਚੱਲਿਆ ਜਾ ਸਕਦਾ। ਸੀਰੀਅਸਲੀ ਮੈਨ ਸਾਰੀ ਦੁਨੀਆਂ ਨੂੰ ਪਤਾ ਵੀ ਕਿਹਨੇ ਕਿਹਦੀ ਕਿੰਨੀ ਕਿੰਨੀ ਰੇਟ ਆਈ ਹੈ ਇੱਥੇ। ਰਿਐਲਿਟੀ ਮੈਂ ਇਹਨਾਂ ਦੇ ਦਿਮਾਗਾਂ 'ਚ ਰੀਲਾਂ ਭਰੀਆਂ ਹੋਈਆਂ ਨੇ ਵੀ ਕਿੱਥੇ ਲਿਆ ਲਿਆ, ਕਿਹਨੇ ਕਿਵੇਂ ਮਾਰੀਆਂ ਨੇ ਇਹਨਾਂ ਦੇ, ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਕੌਣ ਕਿੰਨੇ ਕੁ ਪਾਣੀ 'ਚ ਹੈ। ਸੀਰੀਅਸਲੀ ਮੈਂ ਚੋਰ ਬਿਨਾ ਪਤਾ ਤੇਰੀ ਝੋਟਿਆ ਹੰਕਾਰ ਨਹੀਂ ਹੈ ਆ ਚੀਜ਼ ਨਾ ਦੇਖ ਮੈਂ। ਸੀਰੀਅਸਲੀ ਮੈਂ ਰੋਂਟੇ ਖੜੇ ਕਰ ਦਿੰਦੀ ਆ ਟ੍ਰੇਡਮਾਰਕ ਸਾਂ ਜੱਟ ਝੋਟੇ ਦਾ ਤੇਰੇ ਹੱਥ ਵਾਰੇ ਕੌਣ ਕਿੰਨੇ ਕੁ ਬਾਣੀ ਚ ਚੋਰ ਬਿਨਾ ਪਤਾ ਸਾਂ ਜੱਟ ਲੈਜੈਂਡ ਹੰਕਾਰ ਨਹੀਂ ਏ ਰੁਤਬਾ ਮੂਸੇ ਜਗਰੇ ਸਿਰ ਤੇ ਚੋਪਰ ਟੁੱਟ ਟੁੱਟ ਪੈਂਦਾ ਏ ਟੈਂਪੂ ਨਹੀਂ ਜੋ ਫੁੜਕਦੇ ਰਹਿੰਦੇ। ਕਿਆ ਪਰਸਨੈਲਿਟੀ ਬੰਦੇ ਦੀ ਆ, ਕੁਝ ਕੁ ਵਕਤ ਲਈ ਹੱਥਾਂ ਦੇ ਹਥਿਆਰ ਛੱਡੇ ਦਬ ਗਿਆ ਜਦ ਭੈਮ ਪਾਲ ਲਿਆ ਆ ਹਥਿਆਰ ਵਾਲੀ ਗੱਲ ਤੋਂ ਲੈਣ ਜਾ ਰਹੀ ਆ। ਇੱਕ ਨਾ ਨਾਂ ਨਹੀਂ ਚਲੋ ਆਪਾਂ ਲੈਂਦੇ ਬੰਦੇ ਦਾ, ਇੱਕ ਬੰਦੇ ਨੇ ਗੱਲ ਕੀਤੀ ਸੀ ਕਿ ਇੰਟਰਵਿਊ ਲੈ ਰਿਹਾ ਸੀ ਸਿੱਧੂ ਦਾ ਕਿ ਹਥਿਆਰ ਇੱਦਾਂ ਇੱਦਾਂ ਕਿ ਜ਼ਰੂਰੀ ਥੋੜ੍ਹੀ ਆ ਹਥਿਆਰ ਰੱਖਣੇ ਚਾਹੀਦੇ ਆ ਜੇ ਆ ਵੋ ਆ ਹੈ ਨਾ, ਅਤੇ ਸਿੱਧੂ ਦਾ ਜਵਾਬ ਸੀਗਾ ਕਿ ਪਹਿਲਾਂ ਮੇਰਾ ਸ਼ੌਂਕ ਹੁੰਦਾ ਸੀ
ਪਰ ਹੁਣ ਮੈਂ ਆਪਣੀ ਸੈਲਫ ਡਿਫੈਂਸ ਲਈ ਰੱਖ ਰਿਹਾ। ਉਹ ਕਹਿੰਦਾ ਲੋੜ ਹੀ ਨਹੀਂ, ਇਹਦੀ ਥੋੜ੍ਹੀ ਕੋਈ ਲੋੜ ਹੁੰਦੀ ਆ ਇੱਦਾਂ ਉੱਦਾਂ ਹੈ ਨਾ। ਅਤੇ ਉਹੀ ਬੰਦਾ ਜਿਹੜਾ ਇਹ ਪਹਿਲਾਂ ਇਹ ਕੁਐਸਚਨ ਕਰਦਾ, ਉਸ ਤੋਂ ਬਾਅਦ ਉਹਦੇ ਬਿਆਨ ਇਸ ਟਾਈਮ ਇਹ ਆ ਕਿ ਇਹਦੇ ਮੈਗਜ਼ੀਨ ਦੇ ਵਿੱਚ 7 ਪੈ ਜਾਂਦੀਆਂ ਸੀ, ਇਹਦੇ ਮੈਗਜ਼ੀਨ ਦੇ ਵਿੱਚ 15 ਪੈ ਜਾਂਦੀਆਂ ਸੀ, ਜੇ ਇੰਨੀਆਂ ਹੁੰਦੀਆਂ ਤਾਂ ਇਹ ਮੁਕਾਬਲਾ ਕਰ ਲੈਂਦਾ ਪ੍ਰੋਪਰ, ਹੈ ਨਾ, ਵੀ ਇੱਦਾਂ ਇੱਦਾਂ ਕਰਕੇ ਪ੍ਰੋਪਰ ਜੇ ਵਿੱਚ ਬੁਲਟਸ ਹੁੰਦੇ ਜਾਂ ਕੁਛ, ਹੈ ਨਾ, ਉਹ ਚੀਜ਼ ਮਤਲਬ ਕਿਵੇਂ ਥੋਟ ਪ੍ਰੋਸੈਸ ਹੀ ਚੇਂਜ ਕਰ ਦਿੰਦੇ ਬੰਦੇ ਨਾ, ਆਪਣਾ ਸਾਰੀ ਇਮੇਜ ਹੀ ਘੁਮਾ ਦਿੰਦੇ। ਪਹਿਲਾਂ ਕਿ ਨਹੀਂ ਨਹੀਂ ਇਹਦੀ ਕੀ ਲੋੜ ਆ ਬਾਈ, ਇਹ ਤਾਂ ਤੂੰ ਐਵੇਂ ਰੱਖੀ ਫਿਰਦਾ, ਇਹਦਾ ਕੋਈ ਮਤਲਬ ਨਹੀਂ। ਉਦੋਂ ਬੰਦੇ ਨੇ ਕਲੀਅਰ ਕੀਤਾ ਸੀ, ਸਾਂਝ ਜੱਟ ਨੇ, ਝੋਟੇ ਨੇ, ਲੈਜੈਂਡ ਨੇ, ਕਿ ਮੈਂ ਪਹਿਲਾਂ ਸ਼ੌਂਕ ਸੀ, ਹੁਣ ਆਪਣੀ ਸੈਲਫ ਡਿਫੈਂਸ ਲਈ ਰੱਖਿਆ, ਮੈਂ ਬਿਨਾਂ ਮਤਲਬ ਤੋਂ ਰੀਲਾਂ 'ਤੇ ਜਾਂ ਕਿਤੇ ਸ਼ੋਅ ਨਹੀਂ ਕਰਦਾ ਫਿਰਦਾ, ਹੈ ਨਾ। ਸੀਰੀਅਸਲੀ ਮੈਨ। ਅਤੇ ਉਦੋਂ ਫਿਰ ਰਿਪਲਾਈ ਕੀਤਾ ਉਹੀ ਰਿਪੋਰਟਰ ਨੇ ਵੀ ਨਹੀਂ ਨਹੀਂ ਇੱਦਾਂ ਥੋੜ੍ਹੀ ਹੁੰਦਾ ਬਾਈ, ਕੋਈ ਚੱਕਰ ਨਹੀਂ, ਇਹਦੀ ਤਾਂ ਲੋੜ ਨਹੀਂ, ਜੇ ਆ ਉਹ ਆ। ਅਤੇ ਹੁਣ ਉਹੀ ਬੰਦਾ ਕਹਿ ਰਿਹਾ ਕਿ ਜੇ ਇਹਦੇ ਵਿੱਚ ਫੁੱਲ ਹੁੰਦੀ ਮੈਗਜ਼ੀਨ ਤਾਂ ਡੱਟ ਕੇ ਮੁਕਾਬਲਾ, ਡੱਟ ਕੇ ਮੁਕਾਬਲਾ ਤਾਂ ਹੁਣ ਵੀ ਕੀਤਾ, ਉਹ ਭੱਜਿਆ ਨਹੀਂ। ਬਾਕੀ ਅਣਖੀ ਦਲੇਰੀ ਨੂੰ ਆ ਗਿਆ ਲੋਕਾਂ ਦੀ ਨਾ, ਕਈ ਲੋਕਾਂ ਦੀ ਥੋੜ੍ਹੀ ਜਿਹੀ ਮੈਮਰੀ ਵੀਕ ਹੈ। ਉਹ ਸਿੱਧੂ ਆ ਇਹ ਲੋਕ ਜੇ ਕਾ ਤੂੰ ਭੁੱਲ ਜਾਂਦੇ, ਉਹ ਕਦੋਂ ਸ਼ੇਰਾਂ ਛੱਡੇ ਸ਼ਿਕਾਰ ਹਿਰਨ ਦੀਆਂ ਰੋਕਾਂ ਦੇ। ਰਿਐਲਿਟੀ ਪਤਾ ਕੀ ਗੱਲ ਆ ਬਾਈ, ਹਰੇਕ ਬੰਦੇ ਦੀ ਜ਼ਿੰਦਗੀ ਦੇ ਆਪਣੇ ਸਰਕਮਸਟਾਂਸਿਸ ਹੁੰਦੇ ਨੇ, ਉਸ ਹਿਸਾਬ ਨਾਲ ਜਿਉਂਦਾ। ਮੇਰਾ ਵੀ ਉਹੀ ਸੁਭਾਅ ਹੈ, ਹਰੇਕ ਬੰਦੇ ਨੂੰ ਥੋੜ੍ਹੀ ਜਿਹੀ ਪਰਸਨਲ ਸਫੇਅਰ ਦੇ ਵਿੱਚ ਆਜ਼ਾਦੀ ਹੁੰਦੀ ਹੈ ਵੀ ਉਹ ਯਾਰ ਆਪਣੀ ਚਾਰ ਦੀਵਾਰੀ 'ਚ ਬਹਿ ਕੇ, ਆਪਣੇ ਭਰਾਵਾਂ ਨਾਲ ਬਹਿ ਕੇ, ਆਪਣੇ ਮਾਂ ਪਿਓ ਨਾਲ ਬਹਿ ਕੇ ਇੰਜੋਏ ਕਰੇ ਜਾਂ ਕਿਤੇ ਵੀ, ਹੈ ਨਾ। ਪਰ ਬੜੇ ਲੋਕ ਤੁਹਾਨੂੰ ਜੱਜ ਕਰਦੇ ਹੋ। ਆਹ ਗੱਲ ਯਾਰ ਮਤਲਬ ਸੀਰੀਅਸਲੀ, ਆਪਾਂ ਉੱਦਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੀ ਆ ਰਹੇ ਸੀ, ਹੈ ਨਾ, ਮਤਲਬ ਫੈਮਿਲੀ ਨਾਲ ਜੋ ਬੌਂਡਿੰਗ ਘਰੇ ਬੈਠੇ ਯਾਰ ਦੋਸਤ, ਹੈ ਨਾ, ਜਾਂ ਜਿਵੇਂ ਮਿਲਣ ਵਾਲੇ ਜਿਹੜੇ ਭਰਾ ਭੈਣ ਆਉਂਦੇ ਸੀ ਉਹਨਾਂ ਨਾਲ, ਹੈ ਨਾ, ਮਤਲਬ ਇੱਦਾਂ ਮਿਲਦਾ ਬੰਦਾ ਕਿ ਵੀ ਜਿਵੇਂ ਕੋਈ ਫੈਮਿਲੀ ਮੈਂਬਰ ਹੀ ਆ ਜਾਂਦਾ, ਰਿਸ਼ਤੇਦਾਰ ਨਹੀਂ ਆ ਜਾਂਦੇ ਘਰੇ, ਉੱਦਾਂ ਮਿਲਦਾ ਸੀ ਹਰ ਇੱਕ ਨੂੰ। ਪਹਿਲਾਂ ਵੀ ਦੱਸਿਆ ਤੁਹਾਨੂੰ ਐਜ਼ ਏ ਫੈਨ, ਸਮਝਦੇ ਹੀ ਨਹੀਂ, ਸਮਝੇ ਹੀ ਨਹੀਂ ਕਦੇ, ਐਜ਼ ਏ ਭਰਾ ਸਮਝਦੇ ਹੀ ਨਹੀਂ। ਮੈਨੂੰ ਤਾਂ ਬਾਹਲਾ ਹੀ ਕਰਦੇ ਆ, ਫਿਰ ਮੈਂ ਸੱਜਰਾ ਸ਼ਰੀਕ ਆ ਨਾ ਤਾਂ ਕਰਕੇ। ਸਾਨੂੰ ਕਹਿੰਦੇ ਨੇ ਤੁਸੀਂ ਦਾਰੂ ਪੀਂਦੇ ਹੋ, ਵੀ ਚਲੋ ਦਾਰੂ ਹੀ ਪੀਤੀ ਆ ਤੁਹਾਡੇ ਵਾਂਗੂ, ਭਰਵੱਟੇ ਤਾਂ ਨਹੀਂ ਮਨਾਏ ਅਸੀਂ। ਜਦੋਂ ਟੈਲੈਂਟ ਚ ਬੀਟ ਨਹੀਂ ਹੁੰਦਾ ਫਿਰ ਇਲਜ਼ਾਮ ਲੱਗਦੇ ਨੇ ਮਿੱਤਰੋ, ਦੁਨੀਆਦਾਰੀ ਬੜੀ ਗੰਦੀ ਚੀਜ਼ ਹੈ। ਫੈਕਟ ਫੈਕਟ। ਉਹ ਕਹਿੰਦੇ ਨਹੀਂ ਹੁੰਦੇ ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਹੀ ਕਰ ਦੋ। ਪੱਕੀ ਗੱਲ ਆ। ਪਰ ਫਿਰ ਇਹ ਚੀਜ਼ ਤਾਂ ਤੁਹਾਡੇ ਵੀ ਨੋਰਮਲ ਲਾਈਫ ਦੇ ਵਿੱਚ ਤੁਸੀਂ ਵੀ ਫੇਸ ਕਰਦੇ ਹੋਵੋਗੇ, ਅਸੀਂ ਫੇਸ ਕਰਦੇ ਹਾਂ, ਠੀਕ ਆ, ਬਰਾਬਰੀ ਹੋਣੀ ਨਹੀਂ ਤਾਂ ਬਦਨਾਮੀ ਥਾਂ ਥਾਂ 'ਤੇ ਕਰੀ ਜਾਣੀ, ਬਸ ਉਹ ਸਿਸਟਮ ਇਹ ਬੋਲ ਇਹਦੇ ਲਾਈਫ ਟਾਈਮ ਆ। ਹਾਂ ਸੀਰੀਅਸਲੀ ਮੈਨ, ਇਹ ਬੰਦੇ ਨੂੰ ਯਾਰ ਦੇਖ ਇੱਕ ਚੀਜ਼ ਹੈ ਨਾ, ਇੱਕ ਇੱਕ ਚੀਜ਼ ਇੱਕ ਸਾਈਡ 'ਤੇ ਬੰਦੇ ਨੂੰ ਕਹਿੰਦੇ ਕਿ ਤੂੰ ਇੱਦਾਂ ਉੱਦਾਂ ਗਾਣੇ ਕਰਦਾ ਜੀ ਉਹ, ਹੈ ਨਾ, ਪਰ ਇਹਨੂੰ ਸਮਝਿਆ ਹੀ ਨਹੀਂ ਬੰਦਾ ਕੋਈ ਕਿ ਕਿੰਨਾ ਮਤਲਬ ਅੰਦਰੋਂ ਸੋਫਟ ਹਾਰਟਡ ਬੰਦਾ ਅਤੇ ਗੋਲਡ ਹਾਰਟ ਬੰਦਾ। ਕਿ ਪਹਿਲਾ ਆਰਟਿਸਟ ਆ ਜਿਹਨੇ ਗਲੇ ਦੇ ਵਿੱਚ ਆਪਣੀ ਦਾਦੀ ਦੀ ਫੋਟੋ ਪਾਈ, ਪਿਆਰ ਦਾਦੀ ਨਾਲ ਸ਼ੁਰੂ ਤੋਂ ਜੋ ਬੌਂਡਿੰਗ ਦਿਖਾਈ ਹਰ ਇੱਕ ਇੰਟਰਵਿਊ ਦੇ ਵਿੱਚ ਦੱਸਦਾ ਜੀ, ਉਹ ਕਿੱਡਾ ਸੋਹਣਾ ਸੀ। ਮਤਲਬ ਇੱਕ ਬੰਦਾ ਕਨਸੈਪਟ ਦੇਖ ਤੂੰ ਬੰਦੇ ਦਾ, ਕਿ ਬੰਦੇ ਦੀ ਸੋਚ ਦੇਖ ਤੂੰ ਕੀ ਸੀਗੀ। ਇਹ ਉਹਨਾਂ ਨੂੰ ਪੁੱਛੋ ਜਾ ਕੇ ਇਹਦੇ ਇੱਕ ਇੱਕ ਬੋਲ ਨੇ ਜਿਹਨੇ ਜ਼ਿੰਦਗੀ ਬਦਲਦੀ, ਸਿਰਫ ਇੱਕ ਇੱਕ ਬੋਲ ਨੇ। ਜਾਂਦੇ ਨੇ ਵੀ ਬਦਨਾਮੀ ਨਾਲ ਸਿਰਫ ਅਸੀਂ ਬਦਨਾਮ ਹੋ ਸਕਦੇ ਹਾਂ, ਨਾਕਾਮ ਨਹੀਂ ਹੋ ਸਕਦੇ। ਝੋਟਿਆ ਕਦੇ ਬਦਨਾਮੀ ਹੁੰਦੀ ਹੈ, ਇਹਦੇ ਚਾਰ ਵਿਆਹ ਨੇ, ਪੰਜਵਾਂ ਵੀ ਕਰਵਾਵਾਂਗੇ, ਦੱਸੋ ਤੁਸੀਂ ਕੀ ਲੈਣਾ ਕਿਸੇ ਤੋਂ। ਸਾਡਾ ਸਿਰਫ ਸਿਰਫ ਗਾਣਿਆਂ ਤੱਕ ਹੈ, ਐਂਟਰਟੇਨਮੈਂਟ ਤੱਕ ਹੈ, ਦੈਟਸ ਇਟ। ਅੱਜ ਤੱਕ ਕਦੇ ਮੇਰੇ ਗਾਣੇ ਦੇ ਵਿੱਚ ਕਿਸੇ ਨਸ਼ੇ ਦਾ ਨਾਮ ਆਇਆ ਅੱਜ ਤੱਕ? ਦੱਸ ਦਿਓ, ਗਵਾਹੀ ਹੈ। ਕਦੇ ਨਹੀਂ ਬਾਈ। ਲੋਕ ਆਪ ਹੀ ਗਾਣੇ ਗਾ ਕੇ ਆਪ ਹੀ ਨਸ਼ਾ ਛਡਾਊ ਕੇਂਦਰ ਵਾਲੇ ਬਣ ਜਾਂਦੇ ਨੇ। ਸੀਰੀਅਸਲੀ ਹਥਿਆਰਾਂ ਦੀ ਗੱਲ ਕਰਦੇ ਹਾਂ, ਮੈਂ ਵੀ ਮੰਨਦਾ ਕਰਦਾ, ਪਰ ਸਾਡਾ ਧਰਮ ਹਥਿਆਰਾਂ ਤੋਂ ਬਿਨਾਂ ਕੀ ਆ? ਠੀਕ ਹੈ ਨਾ ਜੀ, ਹਥਿਆਰ ਉਦੋਂ ਤੱਕ ਵਧੀਆ ਚੀਜ਼ ਹੈ ਜਿੰਨਾ ਚਿਰ ਤੁਹਾਡੀ ਸੇਫਟੀ ਲਈ ਹੈ। ਜਦੋਂ ਕਿਸੇ ਤੇ ਹਵਾ ਕਰਨ ਲੱਗ, ਜਦੋਂ ਮਾੜੀ ਚੀਜ਼ ਆਪਦੇ ਲਈ ਵੀ ਤੇ ਦੂਜੇ ਲਈ ਵੀ। ਪੁਆਇੰਟ ਆ ਬਈ, ਇਹ ਸਾਡੀਆਂ ਸੋਚਾਂ ਖਰਾਬ ਨੇ ਬਾਈ, ਕਿਸੇ ਤੇ ਕੋਈ ਨੁਕਸਾਨ ਨਹੀਂ।
ਬਹੁਤ ਜ਼ੋਰ ਲਾਇਆ ਯਾਰ ਬੰਦੇ ਨੇ ਇਸ ਚੀਜ਼ ਨੂੰ ਸਮਝਾਉਣ ਲਈ, ਬਹੁਤ ਜ਼ੋਰ ਲਾਇਆ, ਹੁਣ ਸਮਝ ਆ ਗਈ। ਹਾਂ ਹੁਣ ਲੋਕ ਸ਼ਸਤਰ ਕੇ ਅਧੀਨ ਹੈ ਰਾਜ, ਹੁਣ ਹੁਣ ਲੋਕੀ ਸਮਝਣ ਲੱਗ ਪਏ, ਹੁਣ ਕਹਿਣ ਲੱਗ ਪਏ ਕਿ ਨਹੀਂ ਹਾਂ ਜ਼ਰੂਰੀ ਆ, ਹਾਂ ਮਾਹੌਲ ਨਹੀਂ ਹੈਗਾ ਉੱਦਾਂ ਦਾ, ਸੇਫਟੀ ਲਈ ਹੋਣਾ ਚਾਹੀਦਾ, ਪਹਿਲਾਂ ਕਿਉਂ ਨਹੀਂ ਯਾਰ ਕੋਈ। ਹਾਂ ਗਲਤ ਤਰੀਕੇ ਨਾਲ ਯੂਜ਼ ਕਰਨਾ ਉਹ ਗਲਤ ਆ, ਉਹੀ ਉਹੀ ਚੀਜ਼ ਆ ਗਈ ਕਿ ਗੱਲ ਕਿ ਹਾਂ ਆਪਣੀ ਸੈਲਫ ਡਿਫੈਂਸ ਲਈ ਰੱਖੋ, ਹੈ ਨਾ, ਉਹ ਚੀਜ਼ ਆ ਲਾਇਸੈਂਸ ਵੀ ਹੋਣਾ ਚਾਹੀਦਾ, ਪ੍ਰੋਪਰ ਪੇਪਰ ਵਰਕ ਉਹ ਕਰਕੇ ਹੋਣਾ ਚਾਹੀਦਾ, ਹੈ ਨਾ। ਉਹੀ ਚੀਜ਼ ਆ ਵੀ ਰੀਲਾਂ ਵਿੱਚ ਜਿਹੜੇ ਸ਼ੋ ਕਰਨਾ ਜਾਂ ਕੁਛ ਕਰਨਾ ਉਹ ਚੀਜ਼ਾਂ ਗਲਤ ਨੇ, ਉਹੀ ਚੀਜ਼ ਉਹ ਸਮਝਾ ਰਿਹਾ। ਤੁਸੀਂ ਅੱਜ ਕੱਲ੍ਹ ਇੱਕ ਬੜੀ ਕਾਮਨ ਜਿਹੀ ਚੀਜ਼ ਦੇਖਦੇ ਹੋਵੋਗੇ, ਹਥਿਆਰ ਵਾਲੇ ਗਾਣੇ ਹੋ ਗਏ ਜੀ, ਕਲਚਰ ਖਰਾਬ ਹੋ ਗਿਆ। ਇਹ ਕਿਹੋ ਜਿਹਾ ਤੁਸੀਂ ਦੁਨੀਆਦਾਰੀ ਸੁਧਾਰ ਰਹੇ ਹੋ ਵੀ ਗਾਣਿਆਂ ਵੱਲ ਦੇਖ ਰਹੇ ਹੋ, ਉੱਧਰ ਵੈਬ ਸੀਰੀਜ਼ ਬਣ ਰਹੀਆਂ ਉਹਨਾਂ 'ਤੇ ਤੁਹਾਡਾ ਧਿਆਨ ਨਹੀਂ ਜਾ ਰਿਹਾ? ਪੱਕੀ ਗੱਲ ਆ, ਪੁਆਇੰਟ ਆ ਬਾਈ। ਜਿਹੜਾ ਇਹ ਕਹਿੰਦਾ ਵੀ ਮੇਰੇ ਕੋਲ ਮੈਂ ਹਥਿਆਰ ਲੈ ਕੇ ਮੈਂ ਮਾਰਤਾ, ਅਸੀਂ ਕਦੇ ਉਹ ਤਾਂ ਨਹੀਂ ਦਿਖਾਇਆ, ਗਾਲਾਂ ਤਾਂ ਨਹੀਂ ਕੱਢੀਆਂ ਕਿਸੇ ਨੂੰ, ਜੇ ਸੁਧਾਰਨਾ ਅਸੀਂ ਵੀ ਤੁਹਾਡੇ ਨਾਲ ਤੁਰਦੇ ਹਾਂ, ਸਾਡੇ ਨਾਲ ਤੁਰੋ, ਅਸੀਂ ਗਾਉਣੇ ਬੰਦ ਕਰਦੇ ਹਾਂ, ਲਾਇਸੈਂਸ ਬੰਦ ਕਰੋ, ਹਥਿਆਰ ਰੱਖਣੇ ਬੰਦ ਕਰੋ, ਦੇਸ਼ ਦੇ ਵਿੱਚ ਬੰਦ ਕਰੋ ਸਾਰਾ ਕੁਛ, ਠੇਕੇ ਬੰਦ ਕਰੋ, ਸਾਰਾ ਕੁਛ ਬੰਦ, ਅਸੀਂ ਵੀ ਕਰਦੇ ਹਾਂ ਬਈ। ਆਹ ਗੱਲ ਤਾਂ ਬੰਦੇ 'ਚ ਜ਼ੁਰਤ ਸੀ, ਜਦ ਦੁਨੀਆ ਚੱਲਦੀ ਆ ਉਹ ਰਾਤ ਹੀ ਫਿਰ ਇਹ ਚੱਲ ਪਿਆ, ਫਿਰ ਮਾੜੀ ਗੱਲ ਤੁਹਾਨੂੰ, ਜਦ ਆਪਾਂ ਸਾਰੇ ਬੰਦ ਕਰੋ, ਜ਼ੁਰਤ ਵਾਲੀ ਗੱਲ ਸੀ, ਬੰਦੇ 'ਚ ਜ਼ਮੀਰ ਸੀ ਯਾਰ ਬਈ, ਸੀਰੀਅਸਲੀ ਮੈਂ ਪੁਆਇੰਟ ਵੈਲਿਡ ਪੁਆਇੰਟ ਰੱਖਦਾ, ਚੈੱਕ ਕਰ ਫੇਸ, ਚੈੱਕ ਕਰ ਫੇਸ 'ਤੇ ਐਗਰੈਸ਼ਨ, ਚੈੱਕ ਕਰ ਕਿ ਬੰਦਾ ਦਿਲੋਂ ਬੋਲਦਾ, ਬਾਕੀ ਇਹਦੀਆਂ ਗੱਲਾਂ ਸੁਣ ਕੇ ਨਾ ਬਾਕੀ ਫੀਲ ਹੁੰਦਾ ਕਿ ਯਾਰ ਨਜ਼ਾਇਜ਼ ਟਾਰਗੇਟ ਕੀਤਾ ਜਾਂਦਾ ਇਹਨੂੰ। ਹਾਂ ਯਾਰ ਉਹ ਤਾਂ ਆਪਾਂ ਜਿਵੇਂ ਜਿੰਨੀਆਂ ਵੀ ਸਿੱਧੂ ਦੇ ਆਪਾਂ ਗਾਣੇ ਸ਼ੁਰੂ ਤੋਂ ਕਰਦੇ ਆ ਰਹੇ ਹਾਂ, ਠੀਕ ਆ, ਆਪਾਂ ਕੋਈ ਪਬਲਿਸਿਟੀ ਲਈ ਜਾਂ ਲਾਈਕ ਵਿਊਜ਼ ਲਈ ਤਾਂ ਹੁਣੇ ਤਾਂ ਸ਼ੁਰੂ ਕੀਤੇ ਨਹੀਂ, ਹੈ ਨਾ, ਲਾਈਵ ਵੀ ਸ਼ੁਰੂ ਤੋਂ ਆਪਾਂ ਕਰਦੇ ਆ ਰਹੇ ਹਾਂ, ਅਤੇ ਡਬਈ ਵਾਲੇ ਲਾਈਵ ਤੋਂ ਸ਼ੁਰੂ ਕੀਤਾ ਹੋਇਆ ਕੰਮ ਆਪਾਂ ਕਦੋਂ ਦਾ, ਠੀਕ ਆ, ਗਾਣੇ ਦਾ ਸਭ ਤੋਂ ਪਹਿਲਾਂ ਸ਼ੁਰੂ ਕੀਤੇ ਜਦੋਂ ਆਇਆ ਸੀਗਾ ਆਪਣਾ ਫਾਕਾ ਮਾਲ, ਠੀਕ ਆ, ਕਾਲਾ ਬੂਸ ਆਇਆ ਸੀ, ਉਹ ਗਾਣੇ ਸੇਮ ਬੀਫ, ਹੈ ਨਾ, ਇੱਦਾਂ ਸਾਰੇ ਗਾਣੇ ਕੀਤੇ ਹੋਏ ਆ ਆਲਮੋਸਟ, ਸਭ ਤੋਂ ਬਾਅਦ ਸਿੱਧੂ ਦੇ ਗਾਣੇ ਆਪਣੇ ਚੈਨਲ ਦੇ ਉੱਤੇ ਜਦੋਂ ਸ਼ੁਰੂ ਤੋਂ ਕੀਤੇ ਕਰਨੇ ਸ਼ੁਰੂ ਕੀਤੇ ਹੋਏ ਆ, ਆਪਾਂ ਕਈ ਫਾਇਦੇ ਕਰਕੇ ਲਾਲਚ ਕਰਕੇ ਨਹੀਂ ਹੈਗੇ ਕਿ ਹਾਂ ਹੁਣ ਆ ਜੇ ਸਰਚਿੰਗ ਦੇ ਵਿੱਚ ਸਿੱਧੂ ਚੱਲਦਾ ਪਿਆ ਤਾਂ ਹੁਣ ਕਰਨ ਲੱਗ ਪਏ, ਜਿੱਦਾਂ ਕੁਛ ਕੁ ਕਰਨ ਲੱਗ ਪਏ ਆ, ਦਿਨ ਦੇ ਵਿੱਚ ਤਿੰਨ ਤਿੰਨ ਵੀਡੀਓ ਸਿੱਟਣ ਲੱਗ ਪਏ ਸਿੱਧੂ ਦੇ ਗਾਣੇ ਦੀਆਂ, ਉਹ ਜਿਨ੍ਹਾਂ ਨੇ ਪਹਿਲਾਂ ਕਦੇ ਪੁੱਛਿਆ ਤੱਕ ਨਹੀਂ ਸੀ ਜਾਂ ਕੁਝ, ਉਹ ਜਸਟਿਸ ਚਾਹੀਦਾ ਸਾਨੂੰ, ਜੇ ਉਹ ਚੀਜ਼ਾਂ ਸਾਨੂੰ ਕਰਨੀ, ਫੇਕ ਨਹੀਂ ਬਣਨਾ ਹੁੰਦਾ, ਇੰਨਾ ਸਬਰ ਵੀ ਨਹੀਂ ਹੋਇਆ ਲੋਕਾਂ ਤੋਂ, ਵੀਹਾਂ ਖਾਤਰ ਕੇ ਪੰਜ ਚਾਰ ਦਿਨ ਵੇਟ ਕਰ ਲਈਏ, ਭੋਗ ਤੱਕ ਨਹੀਂ ਰੁਕ ਸਕੇ, ਭੋਗ ਤੱਕ ਠੀਕ ਆ, ਤੁਸੀਂ ਵੀਡੀਓ ਯਾਰ ਬਣਾ ਲਓ, ਤੁਸੀਂ ਬਣਾ ਲਓ, ਬਣਾ ਕੇ ਤੁਸੀਂ ਭੋਗ ਤੋਂ ਅਗਲੇ ਦਿਨ ਤੁਸੀਂ ਪਾ ਲਓ, ਇਹ ਚੀਜ਼ਾਂ ਦੀ ਪਤਾ ਲੱਗਦਾ ਬੰਦੇ ਦਾ ਐਂਡ ਤੱਕ ਫਾਇਦਾ ਚੁੱਕਿਆ ਗਿਆ ਜਮਾ, ਬਹੁਤ ਸੀਰੀਅਸਲੀ। ਤੁਹਾਡਾ ਸੈਂਸਰ ਬੋਰਡ ਬੰਦ ਕਰੋ, ਜਿਹੜਾ ਸੈਂਸਰ ਕਰਕੇ ਭੇਜਦਾ ਵੀ ਆ ਗਾਦੇ, ਉਦੋਂ ਤੁਹਾਡੇ ਉਹ ਤਾਂ ਪਾਸ ਕਰਕੇ ਭੇਜਣੇ, ਇੱਥੇ ਤੁਸੀਂ ਕਾਗਜ਼ਾਂ ਤੇ ਫਾਰਮੈਲਿਟੀ ਨੰਬਰ ਕੁੱਟਣ ਨੂੰ ਸਾਈਨ ਕਰਵਾਈ ਜਾਂਦੇ ਹੋ ਸਾਰਿਆਂ ਤੋਂ, ਨੀ ਡਰ ਬੰਦਾ ਸੀ ਯਾਰ, ਨਾਲੇ ਇੱਕ ਇੱਕ ਸੋਚ ਹੈ ਆਹ ਅਮੁੱਠੀ ਵਾਂਗੂ ਸੋਚ ਲੋਕਾਂ ਦੀ ਜੁੜੀ ਹੋਈ ਹੈ, ਮੈਂ ਮੇਰੇ ਛੇਵੀਂ ਕਲਾਸ ਤੋਂ ਗਾਣੇ ਸੁਣ ਰਿਹਾ ਹਥਿਆਰ ਵਾਲੇ ਕਾਲਿਆਂ ਦੇ ਗਾਣੇ, ਮੈਂ ਕਦੇ ਕੁਛ ਨਹੀਂ ਕੀਤਾ, ਬੀ ਟੈਕ ਇਲੈਕਟ੍ਰੀਕਲ ਇੰਜੀਨੀਅਰ 6.5 ਪਿੰਡ ਆਈਲੈਂਸ ਦੇ ਵਿੱਚੋਂ ਕੈਨੇਡਾ ਗਿਆ, ਫਿਰ ਗਾਇਕੀ ਚ ਆਇਆ, ਸਲਿਊਟ ਮੈਨ, ਸਲਿਊਟ ਸਲਿਊਟ ਸਲਿਊਟ, ਮੈਂ ਕਦੇ ਕਿਸੇ ਚੀਜ਼ ਤੋਂ ਸਿੱਖਣਾ ਚਾਹੀਦਾ ਆਪਾਂ, ਸਾਨੂੰ ਵੀ ਖੁਦ ਨੂੰ ਵੀ ਇਹ ਚੀਜ਼ਾਂ ਨੂੰ ਸਿੱਖਣਾ ਚਾਹੀਦਾ, ਸਿੱਧੂ ਦੀ ਲਾਈਫ ਤੋਂ ਬਹੁਤ ਚੀਜ਼ਾਂ ਨੇ ਜੋ ਸਿੱਖਣ ਵਾਲੀਆਂ ਨੇ, ਬਹੁਤ ਜ਼ਿਆਦਾ, ਇੱਕ ਇੱਕ ਚੀਜ਼ ਜੇ ਆਪਾਂ ਗੱਲ ਕਰਨ ਲੱਗ ਜਾਈਏ ਤਾਂ ਬਹੁਤ ਲੰਬੀ ਵੀਡੀਓ ਹੋ ਜਾਊ, ਹੈ ਨਾ, ਅਤੇ ਬਹੁਤ ਕੁਛ ਆ ਯਾਰ ਬੰਦੇ ਦੀ ਲਾਈਫ ਤੋਂ ਸਿੱਖਣ ਵਾਲਾ, ਮਿਹਨਤ ਕਿੱਦਾਂ ਕਿੱਦਾਂ, ਮਤਲਬ ਗੱਡੀਆਂ ਕਾਰਾਂ ਇੰਪੋਰਟੈਂਟ ਨਹੀਂ ਹੈਗੀਆਂ, ਕਿ ਹਾਂ ਸ਼ੋਅ ਆਫ ਨਹੀਂ ਇੰਪੋਰਟੈਂਟ ਹੈਗਾ, ਤੁਹਾਡੇ ਕਿਹੜਾ ਬ੍ਰਾਂਡ ਪਾਇਆ ਉਹ ਨਹੀਂ ਇੰਪੋਰਟੈਂਟ ਹੈਗਾ, ਇੰਪੋਰਟੈਂਟ ਹੈਗਾ ਮਿਹਨਤ ਨਾਲ ਤੁਸੀਂ ਕੀ ਆਪਣਾ ਇੰਪਾਇਰ ਖੜਾ ਕਰ ਸਕਦੇ ਹੋ, ਠੀਕ, ਉਹ ਚੀਜ਼ ਸਟਰਗਲ ਕਰਕੇ ਹੱਕ ਸੱਚ ਦੀ ਕਮਾਈ ਨਾਲ ਆਪਣੇ ਪਰਿਵਾਰ ਨੂੰ ਤੁਸੀਂ ਹਰ ਇੱਕ ਖੁਸ਼ੀ ਦੇ ਸਕਦੇ ਹੋ। ਬਾਪੂ ਗਾਣਾ ਕੀਤਾ ਤੁਸੀਂ ਚੈੱਕ ਕਰਿਓ, ਉਹਦੇ 'ਤੇ ਜਾ ਕੇ ਬੰਦੇ ਨੇ ਉਹ ਆਪਣੇ ਫਾਦਰ ਲਈ ਦਿਲੋਂ ਗੱਲਾਂ ਕਹੀਆਂ ਹੋਈਆਂ ਨੇ, ਸੱਚ ਅੱਜ ਫੀਲ ਹੁੰਦਾ ਗਾਣਾ, ਕਿਸੇ ਦੇ ਗੋਲੀ ਨਹੀਂ ਮਾਰੀ, ਕਿਉਂ ਨਹੀਂ ਮਾਰੀ, ਕਿਉਂਕਿ ਮੇਰੇ ਮਾਪੇ ਮੈਨੂੰ ਸਮਝਾਉਂਦੇ ਸੀ ਵੀ ਪੁੱਤ ਆਹ ਤੇਰਾ ਚੰਗਾ ਆਹ ਤੇਰਾ ਮਾੜਾ, ਆਪਣੇ ਕੋਲ ਇੰਨੇ ਕੁ ਪੈਸੇ ਆ, ਇੰਨੀ ਕੁ ਜ਼ਮੀਨ ਆ, ਤੂੰ ਆਹ ਕੰਮ ਕਰਨਾ ਆਹ ਕੰਮ ਨਹੀਂ ਕਰਨਾ, ਜੇ ਤੂੰ ਆਹ ਕੰਮ ਕੀਤਾ ਤਾਂ ਤੇਰੇ 'ਤੇ ਆਹ ਬੈਡ ਇਫੈਕਟ ਪਊ, ਜੇ ਤੂੰ ਆਹ ਚੰਗਾ ਕੀਤਾ ਤਾਂ ਤੇਰੇ ਲਈ ਆਹ ਚੰਗਾ ਹੋ ਜੂ। ਉਹ ਜਦੋਂ ਤੁਸੀਂ ਆਪਦੇ ਜਵਾਕਾਂ ਨੂੰ ਕੁਛ ਦੱਸਣਾ ਹੀ ਨਹੀਂ, ਫਿਰ ਆਪਾਂ ਲੋਕਾਂ 'ਤੇ ਕਿਉਂ ਥੋਪਦੇ ਹਾਂ ਵੀ ਤੁਸੀਂ ਖਰਾਬ ਕਰਦੇ ਜਵਾਕ। ਸੱਚੀ ਯਾਰ ਬੰਦੇ ਦੀ ਸੋਚ ਨਾ ਬਹੁਤ ਹਾਈ ਲੈਵਲ ਦੀ। ਮੇਰੇ ਵੀਰਿਓ, ਜੇ ਕੋਈ ਕਿਸੇ ਦਾ ਘੋੜਾ ਪੁੱਤ ਦੱਬਦਾ ਨਾ, ਜਾਂ ਤਾਂ ਉਹਦੇ ਹਾਲਾਤ ਇਹੋ ਜਿਹੇ ਹੁੰਦੇ ਨੇ, ਜਾਂ ਉਹਦੀ ਸਿੱਖਿਆ ਇਹੋ ਜਿਹੀ ਹੁੰਦੀ ਹੈ, ਕਦੇ ਕੋਈ ਕਿਸੇ ਤੋਂ ਕਹਿ ਕੇ ਕੁਛ ਨਹੀਂ ਕਰਵਾਉਂਦਾ ਕਿਸੇ ਨੂੰ, ਇਹ ਦੂਜਿਆਂ 'ਤੇ ਥੋਪਣਾ ਬੰਦ ਕਰੋ। ਇੱਥੇ ਵੀ ਬੜੇ ਬੱਚਿਆਂ ਦੇ ਮਾਂ ਪਿਓ ਆਏ ਹੋਣਗੇ,
ਉਹਨਾਂ ਦੀ ਇਹ ਜ਼ਿੰਮੇਵਾਰੀ ਆਪਣੇ ਜਵਾਕਾਂ ਨੂੰ ਸਮਝਾਉਣ ਵੀ ਪੁੱਤ ਆਹ ਤੇਰਾ ਚੰਗਾ ਆਹ ਤੇਰਾ ਮਾੜਾ ਜੇ ਤੂੰ ਆਹ ਮਾੜਾ ਕਰੇਗਾ ਤੇ ਨਾਲ ਆਹ ਮਾੜਾ ਹੋਣਾ ਕਿਆ ਸੋਚ ਸੀ ਬੰਦੇ ਦੀ ਯਾਰ ਮੈਂ ਚਿੰਦਾ ਰੱਖੋ ਧੱਕਾ ਤਾਂ ਕਰ ਲਾਂਗੇ ਇਹੀ ਤਾਂ ਹੁੰਦਾ ਬਹੁਤ ਅੱਛਾ ਧੱਕਾ ਬਹੁਤ ਸੋਹਣੀ ਹਾਂ ਬਹੁਤ ਸੋਹਣੀ ਗੱਲ ਕਹੀ ਜੇ ਕਿੰਨੇ ਕਹਿੰਦਾ ਮੈਨੂੰ ਦੁਨੀਆਦਾਰੀ ਦਾ ਭੇਤ ਆ ਗਿਆ ਵਾਕਈ ਬੰਦੇ ਨੂੰ ਭੇਤ ਸੀ ਉਹ ਚੀਜ਼ ਜਦੋਂ ਦੀਪ ਸਿੱਧੂ ਦੀ ਹੋਇਆ ਸੀ ਇੰਸੀਡੈਂਟ ਉਦੋਂ ਗਿਆ ਸੀ ਕਹਿੰਦਾ ਮੈਨੂੰ ਦੁਨੀਆਦਾਰੀ ਦਾ ਭੇਤ ਆ ਗਿਆ ਕਿ ਜਦੋਂ ਬੰਦਾ ਚਲੇ ਜਾਂਦਾ ਨਾ ਉਦੋਂ ਹੀ ਬਾਅਦ ਚ ਵਾਹਵਾ ਹੁੰਦੀ ਆ ਪਹਿਲਾਂ ਨੀ ਉਹ ਹੁੰਦੀ ਸੀਰੀਅਸਲੀ ਮੈਂ ਰਣਜੀਤ ਬਾਬੇ ਨੇ ਵੀ ਗੱਲ ਕਹੀ ਬਾਬੇ ਨੇ ਵੀ ਇਹ ਗੱਲ ਕਹੀ ਲਾਈਵ ਦੇਖਿਓ ਜ਼ਰੂਰ ਜਾ ਕੇ ਬਹੁਤ ਵਧੀਆ ਗੱਲਾਂ ਕਹੀਆਂ ਬੰਦੇ ਨੇ ਕਿ ਬਾਅਦ ਚ ਪਹਿਲਾਂ ਕਹਿੰਦਾ ਸਾਰੇ ਕਹਿੰਦੇ ਰਹੇ ਏਦਾਂ ਪ੍ਰਮੋਟ ਕਰਦਾ ਏਦਾਂ ਹੁਣ ਸਟੋਰੀਆਂ ਕਹਿੰਦਾ ਬਾਅਦ ਚ ਮਿੱਠੇ ਪੋਚੇ ਮਾਰਨ ਲੱਗੇ ਆ ਰਿਐਕਸ਼ਨ ਦਿੱਤਾ ਉਹਦੇ ਉੱਤੇ ਜਾ ਕੇ ਚੈੱਕ ਕਰਿਓ ਗੱਲਾਂ ਸੱਚੀਆਂ ਕੀਤੀਆਂ ਯਾਰ ਆਪਾਂ ਸਿੱਧੀ ਗੱਲ ਹਾਂ ਇੱਕ ਭਰਾ ਦਾ ਕਮੈਂਟ ਆਇਆ ਹੋਇਆ ਸੀਗਾ ਕਿ ਭਰਾ ਤੁਸੀਂ ਗੱਲਾਂ ਵੀ ਆਪਾਂ ਗੱਲ ਨਹੀਂ ਕੀਤੀ ਉਹ ਰਿਐਕਸ਼ਨ 'ਤੇ ਵੀ ਕਈ ਵਿੱਚ ਕਹਿ ਦਿੰਦੇ ਕਿ ਤੁਸੀਂ ਆਪਣੀਆਂ ਗੱਲਾਂ ਕਰਨ ਲੱਗ ਪੈਂਦੇ ਹੋ ਵਿੱਚ ਜੀ ਬੋਲ ਨਾ ਅਤੇ ਆਪਾਂ ਕਿਹਾ ਸੀ ਵੀ ਆਪਣੀਆਂ ਗੱਲਾਂ ਨਹੀਂ ਕਰਦੇ ਅਸੀਂ ਕੰਮ ਦੀਆਂ ਹੀ ਕਰਦੇ ਜਿਹੜੀਆਂ ਕੋਈ ਦਿਲ ਤੋਂ ਗੱਲਾਂ ਹੁੰਦੀਆਂ ਸਹੀ ਤੁਹਾਨੂੰ ਦੱਸਣ ਨੂੰ ਜਾਂ ਕੁਛ ਹੈ ਨਾ ਜਾਂ ਲਿਰਿਕਸ ਦੇ ਅਕੋਰਡਿੰਗਲੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਦੱਸਣ ਦੀਆਂ ਉਹ ਦੱਸਦੇ ਆ ਵਰਡ ਜਿਹੜਾ ਨਹੀਂ ਸਮਝ ਲੱਗਦਾ ਕੁਛ ਇੱਦਾਂ ਇੱਕ ਭਰਾ ਦਾ ਕਮੈਂਟ ਆਈ ਉਹਨੇ ਕਿਹਾ ਕਹਿੰਦਾ ਨਹੀਂ ਭਰਾ ਤੁਸੀਂ ਸਹੀ ਆ ਯਾਰ ਵੀ ਕੰਮ ਦੀਆਂ ਗੱਲਾਂ ਹੀ ਦੱਸ ਦਿਓ ਅਸੀਂ ਸਾਰੀਆਂ ਪੂਰੀ ਵੀਡੀਓ ਦੇਖਦੇ ਅਤੇ ਤੁਸੀਂ ਦਿਨ ਦੇ ਵਿੱਚ ਚਾਰ ਚਾਰ ਵੀਡੀਓ ਪਾਓ ਅਸੀਂ ਤੁਹਾਡੀਆਂ ਉਹ ਵੀ ਦੇਖਾਂਗੇ ਚਾਹੇ ਜਿੰਨੀ ਵੱਡੀ ਮਰਜ਼ੀ ਵੀਡੀਓ ਪਾਓ ਯਾਰ ਜੇ ਤੁਸੀਂ ਇੰਨਾ ਪਿਆਰ ਕਰਦੇ ਹੋ ਸੀਰੀਅਸਲੀ ਦਿਲ ਖੁਸ਼ ਹੋ ਜਾਂਦਾ ਦਿਲ ਖੁਸ਼ ਹੋ ਜਾਂਦਾ ਤੁਹਾਡੇ ਸਿਰ 'ਤੇ ਹੀ ਆ ਤੁਹਾਡੇ ਸਿਰ 'ਤੇ ਹੀ ਆ ਫੈਮਿਲੀ ਹੋਈ ਆ ਤੁਸੀਂ ਆਪਣੀ ਜੇ ਮੈਂ ਦੋ ਤਿੰਨ ਨੂੰ ਹੁਣ ਗਾਲਾਂ ਕੱਢੀਆਂ ਹੁੰਦੀਆਂ ਨਾ ਮਿੰਟ 'ਚ ਕਹਿ ਦੇਣਾ ਸੀ ਤਾੜੀਆਂ ਮਾਰੀ ਸੀ ਅੱਜ ਸਹੀ ਗੱਲ ਕਰਦਾ ਕਿਸੇ ਨੇ ਤਾੜੀ ਨਹੀਂ ਮਾਰੀ ਇਹੀ ਫੈਕਟ ਆ ਇਹੀ ਫੈਕਟ ਆ ਇਹ ਚੀਜ਼ ਨੋਟ ਕੀਤੀ ਬੰਦੇ ਨੇ ਉਹ ਵੀ ਚੀਜ਼ ਆ ਹਾਂ ਇਹ ਚੀਜ਼ ਸਿੱਧੂ ਨੇ ਨੋਟ ਕੀਤੀ ਸਹੀ ਹੈ ਇਹ ਚੀਜ਼ ਆਪਾਂ ਵੀ ਆਪਣੇ ਚੈਨਲ ਤੇ ਨੋਟ ਕੀਤੀ ਆ ਆਪਾਂ ਦੋ ਚਾਰ ਉਹ ਕੀਤੇ ਹੋਏ ਆ ਜਿਹੜੇ ਮੋਟੀਵੇਟ ਕਰਨ ਵਾਲੇ ਗਾਣੇ ਬਾਪੂ ਲਾਲਾ ਬਾਪੂ ਗਾਣਾ ਕੀਤਾ ਕੁਛ ਵੀ ਉਹਦੇ ਤੇ ਵਿਊ ਨਹੀਂ ਆ ਕੁਛ ਵੀ ਨਹੀਂ ਜਾ ਰਿਹਾ ਉਹਦੇ ਤੇ ਕਿੰਨੇ ਕੁ ਵਿਊ ਨੇ ਨਾ ਲਾਈਕ ਆ ਨਾ ਵਿਊ ਆ ਲਾਈਕ ਵੀ ਨਹੀਂ ਚਾਹੀਦੇ ਯਾਰ ਨਾ ਕਮੈਂਟ ਚਾਹੀਦੇ ਚੰਗੀਆਂ ਚੀਜ਼ਾਂ ਦੇਖੇ ਕਰੋ ਉਹੀ ਗੱਲ ਇਹਨੇ ਕਹੀ ਹੈ ਵੀ ਚੰਗੀ ਗੱਲ ਕੀਤੀ ਤਾੜੀ ਨਹੀਂ ਮਾਰੀ ਕਿਸੇ ਨੇ ਇਹ ਸੁਣ ਤੋਂ ਦੁਨੀਆਦਾਰੀ ਕਹਿੰਦੀ ਆ ਰਹੀ ਆ ਕਿ ਬੜੇ ਸਿੰਗਰਾਂ ਨੂੰ ਸਵਾਲ ਪੁੱਛੇ ਗਏ ਕਿ ਇੱਦਾਂ ਗਾਣੇ ਇੱਦਾਂ ਉਹ ਕਹਿੰਦੇ ਅਸੀਂ ਆਹ ਗਾਣੇ ਵੀ ਕੱਢੇ ਉੱਥੇ ਜਾ ਕੇ ਚੈੱਕ ਕਰ ਲਓ ਵੀ ਨਹੀਂ ਆਉਂਦੇ ਵਿਊ ਲਾਈਕ ਉਹੀ ਸੇਮ ਚੀਜ਼ ਚੱਲ ਰਹੀ ਹੈ ਹਾਂ ਉਹੀ ਆਪ ਸਹੀ ਹੋ ਗਏ ਨਾ ਆਪਾਂ ਨੂੰ ਉਹ ਤਾੜੀ ਮਰਵਾਉਣ ਨੂੰ ਨਹੀਂ ਕਹਿ ਰਿਹਾ ਮੈਂ ਕਹਿੰਦਾ ਵੀ ਜੇ ਤੁਹਾਨੂੰ ਤੁਹਾਡੇ ਭਰਾ ਦੀ ਕੋਈ ਗੱਲ ਸਹੀ ਲੱਗਦੀ ਹੁੰਦੀ ਹੈ ਤਾਂ ਉਹ ਵੀ ਦੱਸਿਆ ਕਰੋ ਮੇਰਾ ਵੀਰ ਸਹੀ ਗੱਲ ਹੈ ਇਹਨਾਂ ਲਈ ਤਾਂ ਮੈਂ ਵਾਧੂ ਹਾਂ ਕੱਲ ਹੀ ਨਹੀਂ ਮੁੱਕਦਾ ਸਾਰੀ ਜ਼ਿੰਦਗੀ ਜੋਰ ਲੈ ਜਾਣਾ ਜਮ ਆਈ ਜਾਣ ਦੁਬਾਰੇ ਤਾਂ ਵੀ ਕੋਈ ਚੱਕਰ ਨਹੀਂ ਪਰ ਜੋ ਤੁਹਾਡੇ ਚੰਗੇ ਲਈ ਚੀਜ਼ ਹੈ ਮੇਰਾ ਵੀਰ ਜੇ ਕੁਛ ਕਹਿਣਾ ਹੁੰਦਾ ਤਾਂ ਨਾ ਆਪਣਾ ਛੋਟਾ ਭਰਾ ਜਾਂ ਵੱਡਾ ਭਰਾ ਮੰਨ ਕੇ ਸਮਝਿਆ ਕਰੋ ਠੀਕ ਹੈ ਨਾ ਮੇਰੇ ਅਖਬਾਰ ਹੈ ਇੱਕ ਗਾਰਡੀਅਨ ਨਾਮ ਦਾ ਉਹਨੇ 50 ਬੰਦੇ UK ਦੇ ਲੱਭੇ ਇਹੋ ਜਿਹੇ ਜਿਨ੍ਹਾਂ ਨੇ ਡਿਫਰੈਂਟ ਦੁਨੀਆਂ ਤੋਂ ਕੁਛ ਕੀਤਾ ਸੀ ਅਤੇ ਉਹਨਾਂ 50 ਦੇ ਵਿੱਚੋਂ ਇੱਕ ਇੰਡੀਅਨ ਸੀ ਤੇ ਉਹ ਇੰਡੀਅਨ ਇੱਕ ਪੰਜਾਬੀ ਸੀ ਤੇ ਉਹ ਪੰਜਾਬੀ ਤੁਹਾਡਾ ਭਰਾ ਸੀ ਇਹ ਪ੍ਰਾਊਡ ਵਾਲੀਆਂ ਗੱਲਾਂ ਨੇ ਯਾਰ ਇਹ ਪ੍ਰਾਊਡ ਮੂਵਮੈਂਟ ਆ ਇਹੀ ਚੀਜ਼ਾਂ ਕਰਕੇ ਇਹੀ ਚੀਜ਼ਾਂ ਕਰਕੇ ਅੱਜ ਹਰ ਦੂਜੇ ਬੰਦੇ ਦੀ ਬਾਂਹ ਦੇ ਉੱਤੇ ਸਿੱਧੂ ਮੂਸੇਵਾਲੇ ਦਾ ਟੈਟੂ ਆ ਬਾਈ ਜੀ ਟੈਟੂ ਬਹੁਤ ਵੱਡੀ ਗੱਲ ਆ ਬਹੁਤ ਗੱਡੀਆਂ ਦੇ ਪਿੱਛੇ ਸਟੀਕਰ ਲੱਗੇ ਹੋਏ ਸਿੱਧੂ ਮੂਸੇਵਾਲੇ ਦੇ ਗਾਣੇ ਚੱਲ ਰਹੇ ਹਰ ਪਾਸੇ ਯਾਰ ਹਰ ਪਾਸੇ ਦੁਕਾਨ ਤੋਂ ਲੈ ਕੇ ਹਰ ਇੱਕ ਦੇ ਫੋਨ ਤੱਕ ਦੇ ਵਿੱਚ ਯਾਰ ਖੱਟਿਆ ਬੰਦੇ ਨੇ ਬਾਈ ਆਪਾਂ ਕਿੰਨਾ ਮਰਜ਼ੀ ਕਹੀਏ ਹੈ ਨਾ ਕਿ ਵੇਚੀ ਆ ਸਿੱਧੂ ਆਪਣੇ ਵੇਚੀ ਆ ਪਰ ਨਾ ਇੱਕ ਹੱਦ 'ਤੇ ਆ ਕੇ ਮਨ ਟੁੱਟ ਜਾਂਦਾ ਉਦਾਸ ਹੋ ਜਾਂਦਾ ਸੀਗਾ ਪੰਜਾਬ ਨੇ ਬਹੁਤ ਵੱਡਾ ਜਿਹੜਾ ਹੀਰਾ ਦਬਾ ਲਿਆ ਬਾਈ ਬਾਕੀ ਸਰੀਰਕ ਤੌਰ 'ਤੇ ਨਹੀਂ ਹੈਗਾ ਚੱਲ ਪਰ ਬਹੁਤ ਚੀਜ਼ਾਂ ਮਿਸ ਹੁੰਦੀਆਂ ਜਿਵੇਂ ਸਨੈਪਚੈਟ ਮਾ ਯਾਰ ਮਤਲਬ ਬੰਦੇ ਉਹ ਚੀਜ਼ਾਂ ਇੱਕ ਅਲੱਗ ਹੋ ਗਈਆਂ ਚੱਲ ਆਪਾਂ ਇਹ ਆਪਾਂ ਆ ਗਏ ਪਰ ਜਿਹੜਾ ਮਤਲਬ ਫੈਮਿਲੀ ਸਹੀ ਗੱਲ ਉਹਨਾਂ ਦਾ ਦੁਨੀਆ ਹੀ ਖਤਮ ਹੋ ਗਈ ਉਹਨਾਂ ਲਈ ਤਾਂ ਹੈ ਹੀ ਨਹੀਂ ਕੁਛ ਹੁਣ ਕੁਛ ਰੰਗਦਾਰ ਸਭ ਬੇਰੰਗ ਹੋ ਗਿਆ ਉਹਨਾਂ ਲਈ ਸਾਰੀ ਦੁਨੀਆ ਦਾ ਦੁੱਖ ਇੱਕ ਪਾਸੇ ਮਾਂ ਪਿਓ ਦਾ ਦੁੱਖ ਇੱਕ ਪਾਸੇ ਜੇ ਆਪਾਂ ਸਾਰੀ ਦੁਨੀਆ ਦਾ ਦੁੱਖ ਵੀ ਜਿੰਨੇ ਫੈਨ ਚਾਹੁਣ ਵਾਲੇ ਸਾਰਿਆਂ ਦਾ ਦੁੱਖ ਵੀ ਮਿਲਾ ਲਈਏ ਨਾ ਤਾਂ ਫੈਮਿਲੀ ਦੇ ਦੁੱਖ ਦੇ ਮੂਹਰੇ 1% ਵੀ ਨਹੀਂ ਆ ਯਾਰ ਟੁੱਟ ਗਏ ਹੋ ਬਿਲਕੁਲ ਬਹੁਤ ਅੱਗੇ ਲੈ ਕੇ ਜਾ ਰਿਹਾ ਸੀ ਨਾਮ ਯਾਰ ਪੰਜਾਬ ਦਾ ਬਾਈ ਬਹੁਤ ਅੱਗੇ ਪੰਜਾਬੀਆਂ ਦਾ ਨਾਮ ਹਰ ਇੱਕ ਬੰਦੇ ਦਾ ਨਾਮ ਜਿਹੜਾ ਬੰਦਾ ਪੰਜਾਬ 'ਚ ਰਹਿ ਰਿਹਾ ਹਰ ਇੱਕ ਰਿਲੀਜਨ ਦਾ ਜਿਹੜਾ ਵੀ ਬੰਦਾ ਹਰ ਇੱਕ ਜਿਹੜਾ ਬੰਦਾ ਇਹਨੂੰ ਸੁਣਦਾ ਸੀ ਜਿਹੜਾ ਨਹੀਂ ਵੀ ਸੁਣਦਾ ਸੀ ਉਹਦਾ ਵੀ ਨਾਮ ਪੂਰੇ ਵਰਲਡ ਦੇ ਵਿੱਚ ਲੈ ਕੇ ਜਾ ਰਿਹਾ ਸੀ ਇਹ
सब तो वड्डी गल इन्ना नाम हो के बंदा अपने वर्गिया नूं कह रहा कि यार छोटा भरा समझ के या वड्डा भरा समझ के गल सही लगी तां बना लिओ गलत लगी तां माफ करिओ बहुत वड्डी गल आ कोई नहीं कहिंदा सही है पहलां कदे कोई इंग्लैंड दे विच पंजाबी गाणा वज्जा नहीं मित्रों हजे तक टॉप ते है 47 गाणा पर बाकी मैं सैल्यूट आ यार चाहण वाले नूं सैल्यूट सभ्याचार वाले नूं कदे कदे मरे टॉप चार्ट देखिया करो दुनिया दे आपां बिल्कुल 1% हिस्सा इंडिया दा ते अपने इंडिया दे 1% हिस्से चों असीं किथे जाके बोल रहे हां वाकई इज्जत करिया करो जैलसी ना करिया करो मेरा यार ना करिया करो जैलसी यार ना ਓ ਯਾਰ ਪਤਾ ਕੀ ਗੱਲ ਹੈ ਇੰਨੇ ਕੁ ਭਰਾ ਇੰਨੇ ਕੁ ਘੈਂਟ ਵਾਲਾ ਪਿਆਰ ਕਰਦੇ ਨੇ ਨਾ ਮੈਂ ਕੱਲ੍ਹ ਕਿਸੇ ਦਾ ਖੜਾ ਦੇਖੀ ਜਾਵਾਂ ਉਹ ਖੜਾ ਕਿਸੇ ਹੋਰ ਬੰਦੇ ਦਾ ਸੀ ਪਤੰਦਰਾਂ ਨੇ ਡੀਜੇ ਲਾਤਾ ਉਹਦੇ ਮੂਹਰੇ ਤੇ ਗਾਣਾ ਚਲਾਤਾ ਧੱਕਾ ਚੱਲਦਾ ਇਹ ਚੀਜ਼ਾਂ ਨਾ ਸੱਚੀ ਯਾਰ ਇਹਦੀਆਂ ਇਹੀ ਚੀਜ਼ਾਂ ਮਤਲਬ ਮਿਸ ਕਰਦੇ ਇਹ ਚੀਜ਼ਾਂ ਜਦੋਂ ਇੱਕੋ ਦਮ ਮਾਇੰਡ ਦੇ ਵਿੱਚ ਕਿਤੇ ਨਾ ਕਿਤੇ ਚੱਲਦੀ ਇੱਕੋ ਦਮ ਮਾਇੰਡ ਦੇ ਵਿੱਚ ਆ ਜਾਂਦੀਆਂ ਆਹ ਚੀਜ਼ਾਂ ਜਿਵੇਂ ਇਹ ਨੋਟੀ ਜਿਹੀ ਹਰਕਤਾਂ ਕਰਦਾ ਨਾ ਜਿਵੇਂ ਉਹ ਧੱਕਾ ਲਾਤਾ ਉਹਨਾਂ ਨੇ ਡੀਜੇ ਚਲਾਤਾ ਹਨਾ ਖੜਾ ਕਿਸੇ ਹੋਰ ਦਾ ਮਤਲਬ ਇੱਕ ਨਾ ਅਲੱਗ ਹੀ ਬਿਆਨ ਨਹੀਂ ਕਰ ਸਕਦੇ ਵੀ ਇੱਕ ਅਲੱਗ ਹੀ ਬੋਡੀ ਦੇ ਵਿੱਚ ਪੇਨ ਫੀਲ ਹੁੰਦੀ ਆ ਕਿਉਂਕਿ ਐਜ ਆਰਟਿਸਟ ਨਹੀਂ ਦੇਖਿਆ ਜਾਂਦਾ ਪਰ ਐਂ ਹੁੰਦਾ ਭਰਾ ਹੀ ਆ ਭਰਾ ਹੀ ਹੱਸਦਾ ਚਿਹਰਾ ਹਨਾ ਫਨ ਸ਼ਨ ਕਰਨਾ ਜੋ ਹੋਇਆ ਯਾਰ ਬਹੁਤ ਜ਼ਿਆਦਾ ਗਲਤ ਹੋਇਆ ਬਸ ਇਹ ਚੀਜ਼ ਕਹਿ ਸਕਦੇ ਹਾਂ ਮੈਂ ਕਮਾਲ ਵੱਲ ਨਹੀਂ ਜਾਵਾਂ ਮੈਂ ਕਿਹਾ ਯਾਰ ਕਿਆ ਹੀ ਬਾਤਾਂ ਨੇ ਇੱਕ ਬਾਈ ਹੋਰ ਘੱਟ ਮੈਂ ਜ਼ਿਆਦਾ ਮਾਲਵੇ 'ਚ ਹੀ ਰਹਿਣਾ ਇੱਧਰ ਘੱਟ ਵੱਧ ਕਿਹੜਾ ਲੱਗਦਾ ਖਬਰਾਂ ਬਹੁਤ ਬਣਦੀਆਂ ਖਬਰਾਂ 'ਤੇ ਯਕੀਨ ਨਾ ਕਰਿਆ ਕਰੋ 90% ਸਾਰੀਆਂ ਸੱਚੀਆਂ ਨਹੀਂ ਹੁੰਦੀਆਂ ਸਹੀ ਗੱਲ ਹੈ ਬਾਈ ਨਾ ਕਰੋ ਯਕੀਨ ਹਜੇ ਵੀ ਚੱਲਦੀਆਂ ਨੇ ਜੋ ਸਾਰੀ ਆਪਣੀ ਰੋਟੀ ਪਕਾਉਣ ਨੂੰ ਫਿਰਦੇ ਨੇ ਆਪਾਂ ਉਹਨਾਂ ਨੂੰ ਵੀ ਕੁਛ ਨਹੀਂ ਕਹਿੰਦੇ ਵੀ ਚਲੋ ਰੋਟੀ ਬਣਦੀ ਹੈ ਤੁਹਾਡੀ ਪਰ ਮੂੰਹ 'ਚ ਮੈਂ ਇੱਕ ਨਾ ਥੁੰਨਿਆ ਕਰੋ ਫਿਰ ਤੁਸੀਂ ਕਹਿੰਦੇ ਉਹਨੇ ਵੀ 60 ਫਿੱਟ ਵੱਜ ਗਈ ਠੀਕ ਹੈ ਨਾ ਬਾਈ ਪੱਕੀ ਗੱਲ ਆ ਹਰੇਕ ਪੇਸ਼ਾ ਪੇਸ਼ੇ ਦੀ ਲਿਮਿਟ ਹੁੰਦੀ ਹੈ ਕਹਣਾ ਅਸੀਂ ਵੀ ਚਾਹੁੰਦੇ ਹਾਂ ਤੁਹਾਡੀਆਂ ਖਬਰਾਂ ਬਣਨ ਅਸੀਂ ਖੜ ਕੇ ਕਹਿੰਦੇ ਹਾਂ ਵੀ ਜੋ ਕੁਐਸਚਨ ਪੁੱਛਣਾ ਤੁਹਾਡਾ ਜਵਾਬ ਦਿੰਦੇ ਹਾਂ ਪਰ ਗੁੰਡਾ ਟੱਚ ਸਟਾਈਲ ਨਾ ਕਰਿਆ ਕਰੋ ਉਹ 'ਚ ਤੁਹਾਡਾ ਹੀ ਨੁਕਸਾਨ ਆ ਸਾਡਾ ਕੁਛ ਨਹੀਂ ਜਾਂਦਾ ਹਨਾ ਹਾਂਜੀ ਬਾਈ ਨੀ ਮੁੰਡਾ ਪੂਰੀ ਗੈਂਗਸਟਾ ਨੀ ਜਦੋਂ ਮਹੀਨੇ ਵਿੱਚ ਚਾਰ ਚਾਰ ਗੀਤ ਸਿੱਟਦਾ ਨੀ ਕਰਦੇ ਸਟਾਰ ਵਰਡ ਉਹ ਜ਼ਮਾਨਾ ਸੀ ਜਦੋਂ ਚਾਰ ਚਾਰ ਸੱਟਣ ਦੀ ਲੋੜ ਹੁਣ ਤਾਂ ਕੱਲਾ ਹੀ ਵਾਧੂ ਆ ਕੱਲੇ ਗਾਣੇ 'ਚ ਵੀ ਇੱਕੋ ਹੀ ਪੈਰਾ ਵਾਧੂ ਆ ਲੋੜ ਹੀ ਨਹੀਂ ਪੈਂਦੀ ਪੱਕੀ ਗੱਲ ਆ ਬਾਕੀ ਫੇਸ ਆ ਨਾ ਪੂਰਾ ਯਾਰ ਭੁੱਲ ਕਦੇ ਭੁੱਲ ਹੀ ਨਹੀਂ ਸਕਦੇ ਫੇਸ ਹੱਸਣਾ ਐਡਾ ਘੈਂਟ ਇੱਕ ਵੀਡੀਓ ਆਈ ਸੀ ਕਈ ਨੀਲਾ ਕੁੜਤਾ ਪਾਇਆ ਉਹ ਜਿਹ 'ਚ ਭਾਨੇ ਸਿੱਧੂ ਨਹੀਂ ਬੈਠੇ ਹਾਂ ਆ ਯਾਰ ਹਾਸਾ ਖੋਲਿਆ ਯਾਰ ਇੱਕ ਉਹ ਵੀਡੀਓ ਦੇ ਵਿੱਚ ਜਿਹੜਾ ਆ ਬਾਈ ਅੰਮ੍ਰਿਤ ਮਾਨ ਨੂੰ ਜੱਫੀ ਪਾ ਕੇ ਮਿਲਦਾ ਉੱਤੇ ਗਿੱਪੀ ਗਰੇਵਾਲ ਦੇ ਮੁੰਡੇ ਲੋੜੀ ਤੇ ਬਾਈ ਦੀ ਫੰਕਸ਼ਨ ਦੇ ਉੱਤੇ ਉਹ ਵੀਡੀਓ ਮਤਲਬ ਯਾਰ ਮਾਂ ਪਿਓ ਦਾ ਹਾਸਾ ਖੋਲਿਆ ਸਾਰੀ ਦੁਨੀਆਂ ਦੇ ਹਾਸਾ ਖੋਲਿਆ ਬਹੁਤ ਵੱਧ ਸੀਸਾਂ ਦੇ ਰਹੇ ਲੋਕੀ ਜਿਨ੍ਹਾਂ ਨੇ ਜੋ ਵੀ ਹੈ ਨਾ ਪਰ ਯਾਰ ਦਿਲ ਨਹੀਂ ਬਾਈ ਜੁੜਿਆ ਸੀ ਹਜੇ ਤੱਕ ਦਿਲ ਨਹੀਂ ਸਾਡਾ ਸੈੱਟ ਹੋਇਆ ਜਾਂ ਕੁਛ ਕੁਛ ਕਹੀ ਜਾਈਏ ਜਿੰਨੇ ਮਰਜ਼ੀ ਸਟਰੋਂਗ ਬਣ ਕੇ ਕੈਮਰੇ ਮੂਹਰੇ ਆਉਣ ਦੀ ਕੋਸ਼ਿਸ਼ ਕਰੀਏ ਕਿ ਤੁਸੀਂ ਨਾ ਉਦਾਸ ਹੋਵੋ ਫੇਕ ਅਸੀਂ ਮਾੜਾ ਜਿਹਾ ਸ਼ੋਅ ਕਰੀਏ ਪਟੈਂਡ ਕਰੀਏ ਖੁਸ਼ ਹੋ ਕੇ ਰਿਐਕਸ਼ਨ ਦੇਣ ਦੀ ਕਰੀਏ ਤਾਈ ਬਟ ਯਾਰ ਨਹੀਂ ਬਣਦੀ ਗੱਲ ਬੌਂਡਿੰਗ ਹੀ ਇੱਕ ਉਸ ਹਿਸਾਬ ਦੀ ਹੋ ਗਈ ਸੀ ਮਤਲਬ ਨੋਟਿਸ ਕਰਨੀ ਇੱਕ ਇੱਕ ਚੀਜ਼ ਹੈ ਨਾ ਰਿਐਕਸ਼ਨ ਦੇ ਜਦੋਂ ਸ਼ੁਰੂ ਕੀਤਾ ਕੰਮ ਪਹਿਲਾਂ ਸੁਣਦੇ ਸੀ ਗਾਣੇ ਹੈ ਨਾ ਫਿਰ ਰਿਐਕਸ਼ਨ ਦੇ ਤੌਰ 'ਤੇ ਉਹਦਾ ਲਾਈਫ ਸਟਾਈਲ ਨੋਟਿਸ ਕਰਨਾ ਉਹਦੇ ਖੜ੍ਹਨ ਦਾ ਬੈਠਣ ਦਾ ਗੱਲ ਕਰਨ ਦਾ ਸਮਾਈਲ ਦੇਖਣ ਦਾ ਬੋਲਣ ਦਾ ਜਦੋਂ ਲਾਈਵ ਹੁੰਦਾ ਹੁੰਦਾ ਸੀ ਨਾ ਲਾਈਵ ਆਉਣਾ ਸਾਰੇ ਕੰਮ ਕਰ ਛੱਡ ਕੇ ਨੋਟੀਫਿਕੇਸ਼ਨ ਆਉਣਾ ਲਾਈਵ ਦਾ ਇੰਸਟਾਗ੍ਰਾਮ ਦੇ ਉੱਤੇ ਨਾਲ ਹੀ ਖੋਲ ਲੈਣਾ ਗੱਡੀ ਚਲਾਉਂਦੇ ਨੇ ਸਾਈਡ ਤੇ ਗੱਡੀ ਲਾ ਕੇ ਜਾ ਕੇ ਲਾਈਵ ਦੇਖਣਾ ਅੱਜ ਕੀ ਕਹਿਣ ਲੱਗਾ ਅੱਜ ਕਿਹਦੀ ਅਨਾਊਂਸਮੈਂਟ ਅੱਜ ਕਿਹੜੇ ਗਾਣੇ ਬਾਰੇ ਦੱਸਣਾ ਅੱਜ ਕਿਹੜਾ ਕਰਨਾ ਲਾ ਦੀਏ
ਤੁਹਾਡੇ ਤੋਂ ਹੀ ਪੁੱਛ ਕੇ ਕਰਦਾ ਬਾਕੀ ਨਾਲ ਪੁੱਛ ਕੇ ਨਹੀਂ ਕੀਤਾ ਪਾਗਲ ਹੈ ਅਜੇ ਬਸ ਟੀਜ਼ਰ ਦੇਖਾਇਆ ਮਿੱਠੀਏ ਇਸ ਸਾਲ ਸੁਰਤ ਨਾਲ ਲੈਣ ਦੇਣੀ ਨੀ ਆਓ ਗਾਣੇ ਦੇ ਕੀ ਆਉਂਦੇ ਠਾ ਨੀ ਸਾਡਾ ਚੱਲਦਾ ਏ ਧੱਕਾ ਅਸੀਂ ਚੱਲਦਾ ਹੈ ਧੱਕਾ ਅਸੀਂ ਚੱਲਦਾ ਹੈ ਧੱਕਾ ਅਸੀਂ ਉਹ ਜੱਟਾ ਚੱਲਦਾ ਹੈ ਧੱਕਾ ਅਸੀਂ ਸੱਚੀ ਯਾਰ ਮੈਂ ਕੀ ਬਿਆਨ ਕਰੀਏ ਕੀ ਨਾ ਬੋਲੀਏ ਹੈ ਨਾ ਬੰਦੇ ਦੀ ਗੱਲਬਾਤ ਹੀ ਅਲੱਗ ਆ ਯਾਰ ਅਲੱਗ ਹੀ ਮਾਹੌਲ ਅਲੱਗ ਹੀ ਵੋਕਲ ਮਤਲਬ ਜਿਹੜੀ ਗੱਲ ਬਾਵੇ ਬਾਈ ਨੇ ਕਹੀ ਹੈ ਨਾ ਕਿ ਉਹਦੇ ਗਾਣੇ ਉਹਦੇ ਲਈ ਹੀ ਬਣੇ ਆ ਉਹੀ ਗਾ ਸਕਦਾ ਬਾਕੀ ਕੋਈ ਨਾ ਗਾਵੇ ਨਾ ਟਰਾਈ ਕਰੇ ਨਹੀਂ ਬਣਨੀ ਗੱਲ ਬਾਕੀ ਦੇਖੀਆਂ ਵੀ ਚੀਜ਼ਾਂ ਨਹੀਂ ਬਣਨੀ ਗੱਲ ਐਵੇਂ ਕੋਈ ਫਾਇਦਾ ਨਹੀਂ ਉਸ ਚੀਜ਼ ਨੂੰ ਕਰਨ ਦਾ ਹਨਾ ਬੰਦੇ ਨੇ ਬਹੁਤ ਸੋਹਣੀ ਗੱਲ ਕਹੀ ਕਹਿੰਦਾ ਜੇ ਮੈਂ ਉਹਦਾ ਗਾਣਾ ਗਾਵਾਂ ਮੈਂ ਉਹਦਾ ਗਾਣਾ ਖਰਾਬ ਕਰ ਦੂੰਗਾ ਹਾਲਾਂਕਿ ਬੰਦੇ ਦਾ ਇੱਕ ਸਟੇਟਸ ਆ ਆਵਾਜ਼ ਆ ਆਵਾਜ਼ ਆ ਫਿਰ ਵੀ ਬਾਕੀ ਯਾਰ ਸਿੱਧੂ ਇੱਕ ਚੀਜ਼ ਹੁੰਦੀ ਆ ਕਿ ਕਿਸੇ ਨੇ ਤੁਹਾਨੂੰ ਕੋਈ ਗਾਣਾ ਲਿਖ ਕੇ ਦਿੱਤਾ ਉਹ ਤੁਸੀਂ ਗਾ ਦਿਓ ਉਹ ਇੱਕ ਅਲੱਗ ਚੀਜ਼ ਹੋ ਗਈ ਇੱਕ ਜਿਹੜਾ ਗਾਣਾ ਗਾਇਆ ਹੀ ਹੋਇਆ ਬੰਦੇ ਦੀ ਆਵਾਜ਼ ਦੇ ਵਿੱਚ ਉਹ ਗਾਣੇ 'ਚ ਉਹ ਕੋਈ ਵੀ ਗਾ ਦੇਵੇ ਨਹੀਂ ਬਣਨੀ ਗੱਲ ਉਸਤਾਦ ਜੀ ਇਹ ਬੰਦੇ ਇਹ ਇੱਕ ਇਕਲੌਤਾ ਐਸਾ ਬੰਦਾ ਵਾ ਹੁਣ ਤੱਕ ਪੰਜਾਬੀ ਇੰਡਸਟਰੀ ਦੇ ਵਿੱਚ ਇਕਲੌਤਾ ਬੰਦਾ ਉੱਦਾਂ ਬੜੇ ਬੰਦਿਆਂ ਦੇ ਗਾਣੇ ਕੋਈ ਗਾ ਦਿੰਦੇ ਆ ਜਿੱਦਾਂ ਚੱਲ ਪੈਂਦੇ ਹੈ ਨਾ ਵਧੀਆ ਵੀ ਲੱਗਦੇ ਆ ਪਰ ਇਹ ਇਕਲੌਤਾ ਬੰਦਾ ਇਹੋ ਜਿਹਾ ਬਾਈ ਇਹਦਾ ਕੋਈ ਗਾਣਾ ਗਾਊਗਾ ਨਹੀਂ ਚੱਲਣਾ ਗੱਲ ਹੀ ਨਹੀਂ ਬਣਨੀ ਉਹ ਜਿੱਥੇ ਤੱਕ ਬਾਵੇ ਬਾਈ ਨੂੰ ਸਿੰਗਿੰਗ ਬਾਰੇ ਨੌਲੇਜ ਆ ਬਹੁਤ ਟੌਪ ਤੱਕ ਦਾ ਬੰਦਾ ਦੇਖ ਲਾ ਉਹ ਲਾਈਵ ਸ਼ੋਅ ਦੇ ਵਿੱਚ ਨੰਬਰ 1 ਤੇ ਆ ਵੀ ਜਦੋਂ ਲਾਈਵ ਲਾਉਣ ਤੇ ਆਉਂਦਾ ਇੱਕ ਸਾਹ ਦਾ ਹਨਾ ਪੱਕੀ ਗੱਲ ਆ ਤੇ ਉਹ ਬੰਦੇ ਨੇ ਏਡੀ ਗੱਲ ਕਹਿ ਦੀ ਜੇ ਮੈਂ ਗਾਣਾ ਗਾਊਂਗਾ ਤਾਂ ਮੈਂ ਗਾਣਾ ਖਰਾਬ ਕਰ ਦੂੰਗਾ ਤਾਂ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਕਿਸੇ ਹੋਰ ਨੂੰ ਐਵੇਂ ਮੱਥਾ ਨਹੀਂ ਮਾਰਨਾ ਚਾਹੀਦਾ ਸਿੱਧੂ ਬਾਈ ਦੇ ਲੈਜੈਂਡ ਸਿੱਧੂ ਮੂਸੇਵਾਲੇ ਦੇ ਗਾਣੇ ਗਾਉਣ ਲਈ ਕਿਆ ਯਾਰ ਸਵਾਦ ਆ ਰਿਹਾ ਨਾ ਇਹ ਚੀਜ਼ਾਂ ਹੁਣ ਨਹੀਂ ਮਿਲਣੀਆਂ ਅੱਖ ਬੋਲਣਾ ਜ਼ਮੀਰ ਆਪਣੇ ਭਰਾਵਾਂ ਦੀਆਂ ਗੱਲਾਂ ਸੁਣਨੀਆਂ ਆਪਦੀਆਂ ਕਹਿਣੀਆਂ ਇਜਾਜ਼ਤ ਲੈਣੀ ਪੁੱਛਣਾ ਬਾਕੀ ਮੈਂ ਐਡੇ ਲੈਵਲ ਤੇ ਜਾ ਕੇ ਨਹੀਂ ਕੋਈ ਨਹੀਂ ਪੁੱਛਦਾ ਬਈ ਅਗਲਾ ਕਹਿੰਦਾ ਤੂੰ ਕੌਣ ਮੈਂ ਕੌਣ ਮੈਂ ਜੋ ਮਰਜ਼ੀ ਕਰਾਂ ਤੂੰ ਕੀ ਲੈਣਾ ਅਗਲਾ ਕਹਿੰਦਾ ਯਾਰ ਤੂੰ ਮੈਨੂੰ ਬੁਲਾਇਆ ਠੀਕ ਆ ਅਗਰ ਤੁਸੀਂ ਆਡੀਅੰਸ ਨੇ ਮੈਨੂੰ ਇੰਨੇ ਘੰਟੇ ਲਈ ਬੁਲਾਇਆ ਮੈਨੂੰ ਪੇਮੈਂਟ ਮਿਲ ਗਈ ਮੈਂ 2 ਘੰਟੇ ਗਾਉਣਾ ਗਾ ਕੇ ਆਪਦਾ ਜਾਵਾਂ ਸਹੀ ਬੰਦਾ ਦੇਖੋ ਕਿ ਲਾਈਕ ਫੈਮਿਲੀ ਵਾਂਗੂ ਟ੍ਰੀਟ ਕਰਦਾ ਯਾਰ ਜਿੱਦਾਂ ਪਹਿਲਾਂ ਦਿੜਬਾ ਲਾਈਵ ਕੀਤਾ ਹੋਇਆ ਵਾ ਉਹ ਚੈੱਕ ਕਰਿਓ ਜਾ ਕੇ ਪਾਰਟ ਕੀਤੇ ਹੋਏ ਆ ਉਹਦੇ 'ਤੇ ਅਤੇ ਦੇਖ ਲਿਓ ਦੇਖਣਾ ਐਵੇਂ ਕੋਈ ਧੱਕਾ ਨਹੀਂ ਆ ਵੀ ਅਸੀਂ ਕਦੇ ਨਹੀਂ ਕਿਹਾ ਕਿ ਜਾ ਕੇ ਦੇਖੋ ਚੈੱਕ ਕਰੋ ਇਹ ਰਿਐਕਸ਼ਨ ਕੀਤਾ ਉਹ ਕੀਤਾ ਆਪਣੀ ਆਦਤ ਨਹੀਂ ਹੈਗੀ ਨਾ ਅਸੀਂ ਕਦੇ ਕਿਹਾ ਕਿ ਬੈੱਲ ਵਾਲੀ ਘੰਟੀ ਦੱਬ ਲਓ ਜੀ ਤੁਹਾਨੂੰ ਪਹਿਲੇ ਸਾਰ ਪਤਾ ਲੱਗ ਜਾ ਕਰੂਗਾ ਰਿਐਕਸ਼ਨ ਚਾੜਤਾ ਜੇ ਵੋ ਸਾਨੂੰ ਇਹ ਆ ਕਿ ਜਦੋਂ ਤੁਸੀਂ ਫ੍ਰੀ ਹੁੰਦੇ ਹੋ ਨਾ ਸ਼ਾਮ ਨੂੰ ਰਾਤ ਨੂੰ ਦੁਪਹਿਰੇ ਦਿਨੇ ਜਦੋਂ ਤੁਹਾਡਾ ਟਾਈਮ ਲਾ ਲਓ ਤੁਸੀਂ ਉਹ ਫ੍ਰੀ ਟਾਈਮ ਦੇ ਵਿੱਚ ਦੇਖੋ ਆਪਣੇ ਆਰਾਮ ਨਾਲ ਰਿਐਕਸ਼ਨ ਬਾਕੀ ਅਤੇ ਬਾਕੀ ਸਾਡੇ ਵਾਂਗੂ ਦੁੱਖ ਬਥੇਰਾ ਹੋਣਾ ਜਿਹੜੇ ਨਹੀਂ ਮਿਲ ਪਾਏ ਰੜਕਦੀ ਰਹਿਣੀ ਯਾਰ ਇਹ ਚੀਜ਼ ਸੀਰੀਅਸਲੀ ਮੈਂ ਬੇਬੇ ਬਾਪੂ ਕੋਲੇ ਜਾਵਾਂਗੇ ਹਜੇ ਖੁਦ ਚ ਨਹੀਂ ਹਿੰਮਤ ਹੋ ਰਹੀ ਕੀ ਦੱਸੀਏ ਮਤਲਬ ਤੁਹਾਨੂੰ ਵੀ ਪਤਾ ਯਾਰ ਇੱਕ ਫੇਸ ਕਰਨਾ ਬਹੁਤ ਔਖਾ ਹੋ ਜਾਂਦਾ ਉਹ ਵੀ ਇਹ ਚੀਜ਼ ਬਹੁਤ ਔਖੀ ਹੈਂਡਲ ਕਰਦੇ ਹੋਣਾ ਜੇ ਸਦਾ ਜਦ ਚੱਲ ਲੋਕ ਜਾਂਦੇ ਨੇ ਹਨਾ ਮੈਨ ਅਫਸੋਸ ਕਰਨ ਪਰ ਉਹ ਜਿਸਾਂ ਨਾਲ ਟੁੱਟੇ ਪਏ ਉਹਨਾਂ ਨੂੰ ਗੱਲ ਨਹੀਂ ਆ ਰਹੀ ਕੋਈ ਉਹਨਾਂ ਨੂੰ ਇਸ ਟਾਈਮ ਇਹ ਹੁੰਦਾ ਇੱਕ ਠੀਕ ਆ ਉਹਨਾਂ ਨੂੰ ਹੌਸਲਾ ਵੀ ਹੁੰਦਾ ਹੋਣਾ ਜਦੋਂ ਲੋਕ ਜਾਂਦੇ ਹੋਣੇ ਥੋੜ੍ਹਾ ਹਨਾ ਪਰ ਉਹਨਾਂ ਨੂੰ ਇੱਕ ਟਾਈਮ ਦੇ ਵਿੱਚ ਇਹ ਵੀ ਹੁੰਦਾ ਹੋਣਾ ਜਦੋਂ ਜਿਵੇਂ ਹੁਣ ਸਾਰੇ ਦਿਨੇ ਤਾਂ ਚੱਲ ਲੋਕੀ ਜਾਂਦੇ ਆ ਰਾਤ ਨੂੰ ਕੋਈ ਨਹੀਂ ਆ ਸਿਰਫ ਫੈਮਿਲੀ ਫਿਰ ਦੋਨੇ ਜਾਣੇ ਕਮਰੇ ਚ ਇਕੱਲੇ ਖਾਣ ਤੱਕ ਵੀ ਯਾਦ ਕਰਕੇ ਲਾਉਂਦੇ ਹੋਣੇ ਰੋਟੀ ਖਾਣ ਤੱਕ ਬੈੱਡ ਤੋਂ ਉੱਠਣ ਸਾਰ ਤੱਕ ਮਤਲਬ ਜੋ ਰੂਟੀਨ ਹੁੰਦੀਆਂ ਨੇ ਡੇਲੀ ਉਹ ਚੀਜ਼ਾਂ ਮਾਇੰਡ ਦੇ ਕੋਈ ਯਾਰ ਛੋਟੀ ਮੋਟੀ ਹਸਤੀ ਤਾਂ ਨਹੀਂ ਸੀ ਸਿੱਧੂ ਮੂਸੇਵਾਲਾ ਲੈਜੈਂਡ ਬੰਦਾ ਅਤੇ
अपने लिए लैजेंड, अपने लिए एडी वड्डी पर्सनैलिटी, फैमिली लिए जिन्हां दे लिए किन्ना कुछ करता, नाम पूरे वर्ल्ड में अपने माउंट डैड का लै गया, तो उन्हां लिए किन्ना कीमती बच्चा होगा। ਕਿਵੇਂ ਉਹਦੇ ਫਾਦਰ ਕਹਿੰਦੇ ਆ ਕਿ ਹਾਂ ਵੀ ਮੈਂ ਸਾਂਭ ਸਾਂਭ ਕੇ ਰੱਖਦੇ, ਪਰਛਾਵੇਂ ਵਾਂਗੂ ਇਹਦੇ ਨਾਲ ਰਹਿੰਦਾ ਸੀ ਕਿ ਕਿਤੇ ਜਾਣਾ ਚਾਹੇ 2 ਮਿੰਟ ਲਈ ਜਾਣਾ ਮੈਂ ਨਾਲ ਜਾਣਾ, ਇੰਨਾ ਕੀਮਤੀ ਇੰਨਾ ਪਿਆਰ। ਇੱਕ ਮੈਂ ਬੰਦੇ ਦੀ ਗੱਲ ਸੁਣੀ ਸੀ, ਉਹ ਕਹਿੰਦਾ ਜਾਂ ਤਾਂ ਮਾਂ ਪਿਓ ਨਾਲ ਰੱਬਾ ਇੰਨਾ ਉਹਦਾ ਪਿਆਰ ਨਾ ਬਣਾਉਂਦਾ, ਜੇ ਪਿਆਰ ਇੰਨਾ ਬਣਾਇਆ ਸੀ ਤਾਂ ਇੰਨੀ ਛੇਤੀ ਉਹਨੂੰ ਲੈ ਕੇ ਨਾ ਜਾਂਦਾ। ਬਾਕੀ ਇਹ ਚੀਜ਼ ਯਾਰ ਫੈਕਟ ਆ, ਸੀਰੀਅਸਲੀ ਇਹ ਚੀਜ਼ ਆਪ ਨੂੰ ਫੀਲ ਹੋਈ ਬੜੀ। ਜੋ ਲਾਈਨ ਨੇ ਬੰਦੇ ਨੇ ਉਹ ਕਹੀ ਨਾ, ਹਾਰਟ ਟਚਿੰਗ ਲਾਈਨ ਹੋ ਗਈ ਵੀ ਰੱਬਾ ਜਾਂ ਤਾਂ ਇੰਨਾ ਪਿਆਰ ਨਾ ਬਣਾਉਂਦਾ, ਜੇ ਇੰਨਾ ਪਿਆਰ ਮਾਂ ਪਿਓ ਨਾਲ ਤੂੰ ਬਣਾਇਆ ਸੀ, ਇੰਨੀ ਬੌਂਡਿੰਗ ਯਾਰੀ ਦੋਸਤੀ ਅੰਗੋ ਫਾਦਰ ਨਾਲ ਸੀ, ਤਾਂ ਇੰਨੀ ਛੇਤੀ ਉਹਨੂੰ ਲੈ ਕੇ ਨਾ ਜਾਂਦਾ। ਬਾਕੀ ਯਾਰ ਲੈਜੰਡ ਨੈਵਰ ਡਾਈ ਤੇ ਭੁੱਲਿਓ ਨਾ ਵੀ ਵਾਂਟ ਜਸਟਿਸ, ਸਿੱਧੂ ਮੂਸੇ ਵਾਲਾ ਹੈਸ਼ਟੈਗ ਸਾਰੇ ਪਾਸੇ ਲਾਓ, ਜਦ ਤੱਕ ਜਸਟਿਸ ਨਹੀਂ ਮਿਲਦਾ ਇਕੱਠੇ ਹੋ ਕੇ ਮਿਲਣਾ। ਇੱਕ ਹੈਸ਼ਟੈਗ ਟ੍ਰੈਂਡਿੰਗ ਦੇ ਵਿੱਚ ਜਿਹੜਾ ਜ਼ਿਆਦਾ ਚੱਲਦਾ ਪਿਆ ਉਹ ਜਸਟਿਸ ਫੋਰ ਸਿੱਧੂ ਮੂਸੇ ਵਾਲਾ, ਉਹ ਵੀ ਚਲਾਓ ਤੇ ਟਵਿੱਟਰ ਦੇ ਉੱਤੇ ਅਕਾਊਂਟ ਬਣਾਓ, ਠੀਕ ਆ, ਟਵਿੱਟਰ ਦੇ ਉੱਤੇ ਹੈਸ਼ਟੈਗ ਯੂਜ਼ ਕਰੋ, ਕਿਉਂਕਿ ਟਵਿੱਟਰ ਦੇ ਉੱਤੇ ਹੈਸ਼ਟੈਗ ਯੂਜ਼ ਕਰਨਾ ਪੂਰੇ ਵਰਲਡ ਦੇ ਵਿੱਚ ਜਾਂਦਾ ਤੇ ਸਾਰੇ ਸੈਲੀਬ੍ਰਿਟੀ ਜਿਹੜੇ ਵੱਡੇ ਵੱਡੇ ਨੇ ਆਪਣੇ ਬਾਹਰ ਹੋਏ ਨਾ ਹਾਲੀਵੁੱਡ ਦੇ, ਹਾਲੀਵੁੱਡ ਬਾਲੀਵੁੱਡ ਸਾਰੇ ਜਿੱਥੋਂ ਦੇ, ਉਹ ਟਵਿੱਟਰ ਯੂਜ਼ ਕਰਦੇ ਆ ਮੋਸਟਲੀ। ਹਾਂ ਟਵਿੱਟਰ ਯੂਜ਼ ਕਰਦੇ ਤੇ ਟਵਿੱਟਰ ਦੇ ਉੱਤੇ ਹੈਸ਼ਟੈਗ ਯੂਜ਼ ਕਰੋ। ਟਵਿੱਟਰ ਦੇ ਵਿੱਚ ਟ੍ਰੈਂਡਿੰਗ ਚੱਲਦਾ ਪਿਆ ਵਾ ਜਸਟਿਸ ਫੋਰ ਸਿੱਧੂ ਮੂਸੇਵਾਲਾ, ਤੇ ਅਸੀਂ ਆਪਦਾ ਕੋਈ ਅਕਾਊਂਟ ਨਹੀਂ ਦੱਸਦੇ ਪਏ, ਜਾਂ ਜੇ ਕਿਸੇ ਨੂੰ ਲੱਗਦਾ ਵਾ ਕਿ ਆਪਦੇ ਬਣਾਉਣ ਨੂੰ ਫਿਰਦੇ ਆ ਇਹ ਫੋਲੋਅਰ, ਉੱਤੇ ਕੁਝ ਨਹੀਂ, ਕੁਛ ਨਹੀਂ ਦੱਸਣਾ ਤੁਸੀਂ ਆਪੋ, ਠੀਕ ਆ, ਤੁਸੀਂ ਆਪਣੇ ਆਪਣੇ ਅਕਾਊਂਟ ਬਣਾਓ, ਉੱਤੇ ਜਾ ਕੇ ਤੁਸੀਂ ਪਾਓ ਹੈਸ਼ਟੈਗ ਸਾਰੇ, ਹੈ ਨਾ। ਤੇ ਚਲੋ ਗਾਈਸ, ਦੱਸਿਓ ਤੁਹਾਨੂੰ ਕਿਵੇਂ ਲੱਗੀ ਵੀਡੀਓ, ਬਾਕੀ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਿਓ, ਘੰਟੀ ਵਾਲਾ ਬਟਨ ਨਾ ਵੀ ਦੱਬਿਓ, ਕੋਈ ਚੱਕਰ ਨਹੀਂ। ਆਡੀਓਸ ਅਮੀਗੋ। ਕੀ ਜੇ ਜੱਟਾ ਤੂੰ ਜਹਾਨੋਂ ਤੁਰਿਆ, ਦਿਲਾਂ ਵਿੱਚ ਯਾਰਾਂ ਦੇ ਆਬਾਦ ਰਹੇਗਾ।